ਤ੍ਰਿਉਣ ਟਰੈਕ ਦੇ ਦੂਜੇ ਪਾਰਟ ਵਿੱਚ ਤੁਹਾਡਾ ਬਹੁਤ ਵੈਲਕਮ। ਸਵੇਰੇ ਅਸੀਂ ਇਸ ਵਾਟਰ ਕੂਲਰ ਵਿੱਚ ਪਾਣੀ ਭਰਿਆ 5 ਲੀਟਰ, ਜੋ ਸਾਨੂੰ ਕੈਪਟਨ ਭੈਣ ਦਿੱਤਾ ਸੀਗਾ ਸਪੈਸ਼ਲੀ ਤਾਂ ਕਿ ਪਾਣੀ ਭਰ ਸਕੋ। ਉੱਪਰ ਪਾਣੀ ਨਹੀਂ ਮਿਲਦਾ, ਬੜਾ ਮਹਿੰਗਾ ਪਾਣੀ ਮਿਲਦਾ ਆ। ਅਤੇ ਅਸੀਂ ਇੱਥੋਂ ਨਿਕਲੇ ਹਾਂ, ਆਹ ਸਾਡੀ ਸਵੇਰ ਦੀ ਵੀਡੀਓ ਜੀ। ਆਪਣਾ ਟਰੈਕ ਹੋ ਗਿਆ ਸ਼ੁਰੂ, ਇੱਥੋਂ ਕ੍ਰੋਸ ਕੀਤਾ ਸ਼ੁਰੂ ਦਾ, ਅਤੇ ਇੱਥੋਂ ਗੱਲੂ ਤੋਂ ਸ਼ਰਨੀ ਪੂਰਾ ਵੇਟ ਚੁਕਾਇਆ, ਘੱਟੋ ਘੱਟ ਕੋਈ 20 ਕਿਲੋ ਭਾਰ ਆ। ਸ਼ੁਰੂ ਹੋ ਗਈ ਟਰੈਕ, ਸਰਨੀ ਸਾਰਿਆਂ ਬਰਫ ਕਿਉਂ ਪੈਣ ਚੋਦਾ, ਚਿੱਟੀ ਮਿੱਟੀ ਹੈ। ਸੋਹਣੇ ਬੰਦੇ ਪੈਰ ਨਾ ਪੈਰ ਪਸਾ ਕੇ ਤੁਰਨਾ ਪੈਣਾ ਬੜੇ ਹਿਸਾਬ ਨਾਲ। ਰਸਤੇ ਵਿੱਚ ਮਿਲਦੇ ਇਹਨਾਂ ਪਹਾੜੀ ਗੱਦੀ ਕੁੱਤੇ ਦੀ ਬਹੁਤ ਖਾਸੀਅਤ ਹੈ ਕਿ ਇਹ ਟਰੈਕ ਦੇ ਵਿੱਚ ਹਮੇਸ਼ਾ ਨਾਲ ਜਾਂਦੇ ਆ। ਤੁਸੀਂ ਇੰਡੀਆ 'ਚ ਕਿੱਥੇ ਵੀ ਟਰੈਕ ਕਰੋਗੇ, ਕੁੱਤੇ ਤੁਹਾਡੇ ਨਾਲ ਨਾਲ ਜਾਣਗੇ, ਤੁਹਾਨੂੰ ਰਾਹ ਪਾਸ ਕਰਾਉਣਗੇ। ਪਰ ਸਾਡਾ ਇਹ ਫਰਜ਼ ਬੰਦਾ ਨਾਲ ਸੀ, ਇਹਨਾਂ ਨੂੰ ਕੁਝ ਨਾ ਕੁਝ ਖਾਣ ਨੂੰ ਦਿੰਦੇ ਰਹੀਏ। ਬਾਕੀ ਫੋਟੋਆਂ ਬਹੁਤ ਘੈਂਟ ਆਉਂਦੀਆਂ ਇਹਨਾਂ ਨਾਲ। ਅਤੇ ਰਸਤੇ ਵਿੱਚ ਸ਼ਰਨ ਪੂਰੀ ਤੈਰੇ ਨਾਲ ਜੱਟ ਤੁਰਿਆ ਹੁੰਦਾ, ਘੈਂਟ ਲੱਗ ਰਿਹਾ ਬਾਈ। ਅਤੇ ਸਨੋਅ ਵਾਲਾ ਬਰਫ ਵਾਲਾ ਮਾਹੌਲ ਪੂਰਾ ਬਣਿਆ ਸੀ। ਅਤੇ ਅਜੇ ਤਾਂ ਅਸੀਂ 1 ਕਿਲੋਮੀਟਰ ਚੱਲੇ ਹਾਂ, ਪਰ ਅਜੇ ਤੱਕ ਬੰਦਾ ਬੈਠਿਆ ਬੂਠਿਆ ਨਹੀਂ, 20 ਕਿਲੋ ਭਾਰ ਲੈ ਕੇ ਦੱਬੀ ਆਉਂਦਾ ਕੰਮ ਨੂੰ, ਕਿਉਂਕਿ ਪਹਿਲੀ ਵਾਰ ਇਹਨੇ ਪਹਾੜ ਪਹੁੜ ਦੇਖੇ ਆ। ਅਤੇ 6 ਫੁੱਟ ਦਾ ਕੰਜਰ ਦਾ ਕਰਦੇ ਆ ਅਤੇ ਸੋਹਣਾ ਲੱਗਦਾ ਵੈਸੇ। ਅਤੇ ਰਸਤੇ ਵਿੱਚ ਕੁੜੀ ਨਾਲ ਇੱਕ ਟਰੈਕ ਕਰਦੀ ਵੀ ਸੀ, ਉਹਨੇ ਸਾਡੀ ਵੀਡੀਓ ਵਗੈਰਾ ਬਣਾਈ। ਅਤੇ ਮੈਂ ਕਿਹਾ ਚੱਲ ਲੈ ਜੱਟੀਏ ਪੋਜ ਸਾਡੇ, ਫਿਰ ਅਸੀਂ ਵੀ ਉਹਦੀ ਬਣਾਈ ਵੀਡੀਓ, ਕਿਉਂਕਿ ਰਾਹ 'ਚ ਇੱਕ ਡਿੱਗੀ ਸੀ, ਉਹਨੂੰ ਮੈਂ ਹੱਥ ਫੜ ਕੇ ਚੱਕਿਆ ਸੀ। ਫਿਰ ਚਲੋ ਵਾਹ ਫਰੈਂਕ ਜੀ ਹੋ ਗਈ, ਮਿੱਠੀਆਂ ਮਿੱਠੀਆਂ ਸਾਡੇ ਨਾਲ ਮਾਰਦੇ, ਅਸੀਂ ਮਿੱਠੀਆਂ ਨਾਲ ਮਾਰਦੇ, ਅਤੇ ਮਾਹੌਲ ਚਲੋ ਬਣਦਾ ਗੱਲੀ ਬਾਤੀ ਦਾ ਟਾਈਮ ਨਿਕਲਦਾ ਹੁੰਦਾ। ਕਹਿੰਦੇ ਹੋਰ ਵਿਊ ਲੈਣਾ, ਚੱਲ ਮੈਂ ਕੱਲੇ ਵਾਲਾ। ਅਤੇ ਬਹੁਤ ਵਧੀਆ ਮਾਹੌਲ ਸੀ, ਇੱਦਾਂ ਕਿ ਜਿਹੜਾ ਬਰਫ਼ ਦਾ ਮਾਹੌਲ, ਹਰਿਆਲੀ, ਸਭ ਕੁਛ, ਐਂਡ ਮੈਂ ਕਿਹਾ ਸਿਰਾ ਲੱਗਿਆ ਵੈਸੇ ਕਿ ਬਸ ਤੁਸੀਂ ਨੇਚਰ ਨੂੰ ਬੈਠ ਕੇ ਮਾਨਣਾ। ਆਹ ਬੰਦੇ ਦੇ ਇਹਨਾਂ ਧੱਕੇ ਨੇ ਵੀਡੀਓ ਬਣਾਈਆਂ, ਇਹ ਤਾਂ ਕਹਿੰਦਾ ਸੀ ਮੇਰੀ ਵੀਡੀਓ ਨਾ ਬਣਾ, ਕਿਉਂਕਿ ਵੀਡੀਓ ਬਣਾਉਣ ਸ਼ੌਂਕ ਹੀ ਘੱਟ ਆ। ਅਤੇ ਮੈਂ ਜਾ ਰਹੇ ਪੋਜ਼ ਇਹਦੇ ਖਿੱਚੇ, ਆਪਣੇ ਵਾਲੇ ਖਿੱਚੇ ਨਹੀਂ। ਅਤੇ ਬਾਕੀ ਜੂਮ ਕਰ ਕਰਕੇ ਦਿਖਾਇਆ ਸ਼ਹਿਰ ਨੂੰ। ਅਤੇ ਤੁਹਾਡਾ ਵੀ ਕੋਈ ਫਰੈਂਡ ਹੁੰਦਾ ਤਾਂ ਕੋਸ਼ਿਸ਼ ਕਰਿਆ ਕਰੋ ਤੁਸੀਂ ਲਾਹਾ ਲਓ, ਕਿਉਂਕਿ ਇੰਨਾ ਤੁਸੀਂ ਮਹਿੰਗਾ ਤੇਲ ਅਤੇ ਇੰਨੇ ਤੁਸੀਂ ਦੁੱਖ ਤਕਲੀਫ ਲੈ ਕੇ ਭੜਾ ਜਾਂਦੇ ਹੋ, ਜਿੰਨੀਆਂ ਸੁੱਕੀਆਂ ਵੀਡੀਓ ਸਭ ਕੁਛ ਲੈ ਕਰੋ। ਰਾਹ ਵਿੱਚ ਭੁੱਖ ਲੱਗੀ ਸਾਨੂੰ ਅਤੇ ਅਸੀਂ ਸਟੇਅ ਕੀਤਾ, ਅਤੇ ਇੱਥੇ ਬੈਠ ਕੇ ਅਸੀਂ ਆਪਣਾ ਖਾਣਾ ਆਪ ਬਣਾਇਆ, ਕਿਉਂਕਿ ਉੱਥੇ 150 ਰੁਪਏ ਦੀ ਮੈਗੀ ਮਿਲਦੀ ਸੀ, ਘੱਟੋ ਘੱਟ ਮਹਿੰਗਾਈ ਉੱਥੇ ਬੜੀ ਵੱਧ ਜਾਂਦੀ ਬਾਈ। ਆਪਣਾ ਖਾਣਾ ਲੈ ਕੇ ਜਾਓ, ਠੀਕ ਹੈ। ਅਤੇ ਅਸੀਂ ਤਾਂ ਮੈਗੀ ਬਣਾਈ ਆ, ਇੱਕ ਫੋਲਡੇਬਲ ਗਲਾਸ ਮੈਨੂੰ ਸਪੈਸ਼ਲ ਸਪੋਂਸਰ ਅਤੇ ਪਿਆਰ ਨਾਲ ਗਿਫਟ ਕੀਤਾ ਸੀ ਕੈਪਟਨ ਗੁਰਿਆ ਤੋਂ, ਕਰੋਕਰੀ ਵਾਲੇ ਵੀਰ ਨੇ, ਰੂਹਾਨੀ ਕਿਚਨ ਸਟੋਰ ਵਾਲਿਆਂ ਨੇ। ਇੱਕ ਥਰਮਸ ਵੀ ਉਹਨਾਂ ਵੱਲੋਂ ਆਈ ਆ, ਉਹ ਥੈਂਕ ਯੂ ਭਾਅ ਜੀ ਤੁਹਾਡਾ, ਲਵ ਯੂ ਤੁਹਾਨੂੰ। ਅਤੇ ਕੈਪਟਨ ਨੂੰ ਬੜਾ ਸ਼ੌਂਕ ਹੈ ਹਾਰਲੇ ਬੁਲਟ ਦਾ, ਅਤੇ ਉਹਨੂੰ ਇੱਥੇ ਜਲਦੀ ਲੈ ਕੇ ਆਊਂਗਾ, ਤੁਹਾਨੂੰ ਦਿਖਾਵਾਂਗਾ ਮੈਂ। ਪਤਾ ਕੀ ਗਿਆ ਇਹਨੇ ਕੀ ਗਿਆ
ਮਰਜ਼ੀ ਮੁੰਡਾ ਹੀ ਭਰਾਵਾ ਮੇਨ ਕਰਾਈ ਇਹੀ ਆ, ਅੱਗੇ ਕੁਛ ਨੀ ਗਾ, ਅੱਗੇ ਆਇਆ ਸ਼ਰਨ ਬਾਈ ਪਿੰਡ ਵੇਰਾ ਤੋਂ ਦਰਿਆਈ ਘੋੜਾ ਸੋ ਸਤਲੁਜ ਦੇ ਕੰਢੇ ਵਾਲਾ ਬਾਈ ਹੁਣ ਧੱਕ ਬਾਈ ਫਿਰਦਾ ਟਰੈਕ ਦੇ ਵਿੱਚ। ਪਹਿਲੀ ਵਾਰ ਟਰੈਕ ਇਹਦਾ ਸ਼ਰਨਵੇਂ ਕੋਲੋਂ ਖੁਦ ਦਾ ਵੇਟ ਆ, ਬਾਈ ਕੋਲੋਂ ਉਹਦੀ ਪਿੱਠ 'ਤੇ ਮੈਂ ਪਾਇਆ ਹੋਇਆ, ਇਹਦਾ ਮੈਂ ਟਰਾਇਲ ਲੈਂਦਾ ਫਿਟਨੈਸ ਦਾ ਵੀ ਸਟਾਰਟ ਕਿੱਥੇ ਕਰਦਾ। ਸ਼ਰਨ ਕਿੱਦਾਂ, ਕਿਵੇਂ ਰਿਹਾ ਐਕਸਪੀਰੀਅੰਸ? ਬਹੁਤ ਵਧੀਆ, ਮਤਲਬ ਜਿੱਦ ਹੈਗੀ ਤੇ ਚ ਪਿੱਛੇ ਬੰਦਾ ਖੰਭੇ ਪਏ ਉਹਦਾ ਕੀ ਹਾਲ ਸੀ? ਘੈਂਟ ਹੈ ਬੰਦਾ, ਤੁਹਾਨੂੰ ਵੱਧ ਵੱਧ ਬਾਈ ਯੂਟਿਊਬ 'ਤੇ ਫੋਲੋ ਕਰ ਲਓ, ਜਿੱਥੇ ਦੇ ਅਕਾਊਂਟ ਹੈਗੇ, ਇੰਸਟਾ ਅਕਾਊਂਟ ਹੈਗੇ ਆ, ਅਤੇ ਚੈਨਲ ਦਾ ਜਿੰਨੇ ਵੀ ਸੋਸ਼ਲ ਅਕਾਊਂਟ ਹੈਗੇ ਆ, ਇਹਦਾ ਨਾਮ ਹੈਗਾ ਆ ਸ਼ਰਨ ਦਰਿਆਈ ਘੋੜਾ। ਅਤੇ ਬਾਕੀ ਇਹਦੇ ਪਾਵਰ ਟ੍ਰੇਨਿੰਗ ਦੀ ਆਪਾਂ ਜਲਦੀ ਆਪਾਂ ਦੀ ਸ਼ੁਰੂ ਕਰਨੀ ਮਿਲ ਗਈ। ਹਾਂਜੀ ਕੀ ਹਾਲ ਚਾਲ ਜੀ, ਸਭ ਦਾ ਠੀਕ ਠਾਕ, ਮੇਰੇ ਨਾਲ ਹੈਗਾ ਸ਼ਰਨ। ਸ਼ਰਨ ਕਿਵੇਂ ਆ? ਆ ਮਿੱਠੀ ਆ ਬੁੱਗੀਏ, ਮੁੰਡੇ ਜੀ ਪਹਿਲੀ ਵਾਰ ਟਰੈਕ ਆ ਔਰ ਫਸਟ ਟਾਈਮ ਪਹਾੜਾਂ 'ਚ ਆਇਆ ਮੁੰਡਾ, ਅਤੇ ਬਾਈ ਦੇ ਪਿੱਛੇ ਆਪਾਂ ਬਾਈ ਕੋਲੋਂ ਭਾਰ ਪਾਇਆ ਹੋਇਆ, ਮੁੰਡਾ ਖਿੱਚੀ ਹੁੰਦਾ ਕੰਮ, ਬਸ ਟਰਾਇਲ ਲੈਣਾ ਸੀ ਫਿਟਨੈਸ ਦਾ, ਬੰਦਾ ਫਿੱਟ ਕਿੰਨਾ ਕੁ, ਜਿੱਦ ਵੀ ਆ ਫਿੱਟ ਵੀ ਆ, ਜਨੂਨ ਵੀ ਹੈਗਾ ਇਹ 'ਚ, ਘੈਂਟ ਆ 300 ਵਿੱਚ ਹੈਗੇ ਸੀ ਤਾਂ। ਅਤੇ ਇਸ ਤੋਂ ਬਾਅਦ ਸਾਰਾ ਵੇਟ ਲਾ ਕੇ ਅਗਲਾ ਟਰੈਕ ਸੇਮ ਇਹੀ ਅਗਲੇ ਦਿਨ ਖਾਲੀ ਵੇਟ 'ਤੇ ਕਰਾਂਗੇ। ਮੁੰਡਾ ਬਹੁਤ ਜ਼ਿਆਦਾ ਫਿੱਟ ਆ, ਘੈਂਟ ਆ, ਮੈਂ ਵੀ ਕਾਫੀ ਟਾਈਮ ਬਾਅਦ ਹੀ ਪਹਾੜਾਂ ਨਾਲ ਮੂਹਣ ਕੀਤਾ ਆ, ਪਰ ਮੈਂ ਵੀ ਲਾਇਆ ਹਿਸਾਬ ਜਿਹਾ, ਮੈਂ ਆਪਣਾ ਕਿੰਨਾ ਕੁ ਹਿਸਾਬ ਤਾਂ ਹੋ ਜੂਗਾ, ਤਾਮਾ ਜਾਮਾ ਮੈਂ ਵੀ ਚੱਕਿਆ ਹੋਇਆ ਤਾਂ ਕਿ ਮੇਰੇ ਲੰਗਸ ਪਾਵਰ ਮੇਰੀ ਕਿੰਨੀ ਕੁ ਆਜੂਗੀ, ਪਰ ਠੀਕ ਹੈ ਸਾਡਾ ਜਿਹਾ। ਓਕੇ ਜੀ, ਮਿਲਦੇ ਆਪਾਂ ਅੱਗੇ, ਕਿਉਂਕਿ ਪਹਿਲੀ ਵਾਰ ਟਰੈਕ ਸੀ ਨਾਲ ਦੇ ਮੁੰਡੇ ਦਾ, ਅਤੇ ਮੈਨੂੰ ਪੰਪ ਪੁੰਪ ਦੇ ਕੇ ਉੱਪਰ ਲੈ ਤੇ ਆਉਂਦਾ, ਅਤੇ ਰਸਤੇ 'ਚ ਵਿਊ ਬਹੁਤ ਖਿੱਚੇ, ਵਿਊ ਤਾਂ ਯਾਰ ਇਸ਼ਕ ਸੀ ਨਜ਼ਾਰਾ, ਜੇ ਇੱਦਾਂ ਫਿਰ ਜੰਗਲੀ ਵਿੱਚ ਜੰਗਲੀ ਮਾਹੌਲ ਬਣਾਇਆ, ਅਤੇ ਫਿਰ ਅਸੀਂ ਅੱਗੇ ਤੁਰੇ, ਅਤੇ ਰਸਤੇ ਦੇ ਵਿੱਚ ਅਸੀਂ ਇੱਥੇ ਇੱਕ ਸਟੇ ਕੀਤਾ, ਇੱਥੇ ਇੱਕ ਛੋਟੀ ਜਿਹੀ ਰੈਸਟ ਮਾਰੀ 10 ਮਿੰਟ ਦੀ, ਸ਼ਰਨੀ ਬੈਠਾ ਮੈਂ ਬੈਠਿਆ, ਇੱਥੋਂ ਤੁਰ ਪਏ ਗਾਂ ਅਗਲੇ, ਮਤਲਬ ਕਹਿਣ ਦਾ ਭਾਵ ਕਿ ਅੱਧ ਦੇ ਵਿੱਚ ਅਸੀਂ ਪਹੁੰਚ ਹੀ ਗਏ ਸੀ ਲੈ ਦੇ ਕੇ, ਅਤੇ ਨਾਲ ਕੁਝ ਮੁੰਡੇ ਸੀ। ਕੀ ਹੋ ਗਿਆ ਬਚਨਾ, ਕੀ ਹੋ ਗਿਆ ਉਹ ਬਰਫ਼ ਦੇ ਵਿੱਚ, ਬੱਲਾ ਕੀ ਹੋ ਗਿਆ।
ਹੋ ਤੇਰੀ ਮਾਂ ਦੀ ਲੈਣੀ ਤਾਂ ਲਾਸ਼ ਹੀ ਨੀ ਬਾਪੂ ਸਾਡਾ ਗੁੰਮ ਹੋ ਗਿਆ ਕੀ ਹੋ ਗਿਆ ਵੇ ਚੰਨਾ ਕੀ ਹੋ ਗਿਆ ਲੱਭਦਾ ਫਿਰੇ ਵੇ ਚੰਨਾ ਕੀ ਹੋ ਗਿਆ ਭਾਈ ਲੋਗ ਇਸ਼ਕ ਮੈਂ ਹੈ ਮੈਂ ਇਸ਼ਕ ਮੈਂ ਸਹੀ ਜਾ ਰਹੇ ਬਾਈ ਬਾਈ ਆ ਸੰਭਾਲ ਕੇ ਠੀਕ ਹੈ ਨੀਚੇ ਨਹੀਂ ਤਾਂ ਡਿਨਰ ਕਾ ਪ੍ਰਬੰਧ ਕਰ ਦੇਗਾ ਬੋਲ ਲਾ ਆਹ ਹਾਂ 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 ਭਾਜੀ ਜੋ ਸਹੀ ਰਸਤਾ ਯਾਰ ਸ਼ਾਰਟ ਮਾਰ ਖਾ ਜਨਤਾ ਨੇ ਉਹ ਸਹੀ ਹੈ ਇਹ ਸਹੀ ਯਾਰ ਸ਼ਾਰਟ ਕੇ ਚੱਕਰ ਮੇ ਪੜਨਾ ਠੀਕ ਹੈ ਜੋ ਸੇਫ ਅਰੇ ਯਹਾਂ ਤਾਂ ਉਸ ਰੌਕ ਹੈ ਪੱਕਣੇ ਕੇ ਲੀਏ ਵਾਹ ਕਿਆ ਸ਼ਿਕੂ ਚਲੋ ਬਾਈ ਲੋਕ ਚਲੋ ਸਹੀ ਖੇਲ ਰਹੇ ਹੋ ਬਤਾ ਬਈ ਯਾ ਕਹਾਂ ਜੇ ਸੇਫ ਥਾ ਕਿਆ ਜੇ ਸੇਫ ਥਾ ਯੋ ਸ਼ਾਰਟ ਵਨ ਹੈ ਨਹੀਂ ਦਿਸ ਵਨ ਵਾਸ ਸੇਫ ਆਈ ਥਿੰਕ ਕੌਣ ਸਹੀ ਹੋਵੇ ਨਾ ਹਾਂ ਕਿਉਂਕਿ ਟਰੈਕ ਕਰਨ ਵਾਲੀ ਜਨਤਾ ਜ਼ਿਆਦਾਤਰ ਨਵੀਂ ਹੁੰਦੀ ਆ ਤੁਸੀਂ ਦੇਖੋ ਇੱਥੇ ਕਿ ਬੀਬੀ ਇੱਕ ਤਿਲਕੂ ਆ ਮੁੰਡੇ ਕੁੜੀ ਨੇ ਜਿਹਨੇ ਪਾਇਆ ਸੀਗਾ ਖੱਟਾ ਜਿਹਾ ਕੜੀ ਰੰਗਾ ਸੂਟ ਜੈਕਟ ਜੀ ਅਤੇ ਤਿਲਕ ਨਹੀਂ ਆ ਮੈਂ ਪਿੱਛੇ ਸਾਈਡ 'ਤੇ ਖੜ੍ਹ ਕੇ ਤਮਾਸ਼ਾ ਦੇਖਦਾ ਰਿਹਾ ਕਿਉਂਕਿ ਬੂਟ ਵੀ ਗਿਰੇ ਪਲੇ ਨਹੀਂ ਪਾ ਕੇ ਆਏ ਸੀ ਇਹਨੇ ਅਤੇ ਇੱਥੇ ਤਿਲਕ ਨੂੰ ਬਹੁਤ ਸੀ ਫਿਰ ਇੱਥੋਂ ਮੈਂ ਚਲੋ ਕਰ ਕਰਾ ਕੇ ਮੈਂ ਦੇਖਿਆ ਵੀ ਔਖਾ ਇਹਦਾ ਮਾੜੀ ਦੀ ਹੈਲਪ ਕਰਤੀ ਸੀ ਜਨਮਕ ਤੋਂ ਚੜ੍ਹਦੀ ਉਹ ਨਾਲ ਪਤਾ ਨਹੀਂ ਬੁਰਾ ਹੁਣ ਚੱਕੀ ਫਿਰਦੀ ਸੀ ਨਾਲੇ ਖਰੇ ਗੁਆਂਢੀਆਂ ਮੁੰਡਾ ਲੈ ਕੇ ਪਤਾ ਨਹੀਂ ਕੌਣ ਰੱਬ ਜਾਣਦਾ ਖਰੇ ਭਰਾਏ ਸੀ ਪਤੰਦਰ ਨੇ ਸਾਨ ਦਿੱਤਾ ਪਰ ਤੈਨੂੰ ਚੜਾ ਦਿੰਦੇ ਖੱਡੇ ਪਈ ਹੋਊਗੀ ਮੂੰਹ ਅੱਡ ਕੇ ਨਾ ਕਿਉਂਕਿ ਨਾਲ ਹੀ ਖੱਡਾ ਸੀ ਉੱਥੇ ਲਿਆ ਦੇਖੋ ਇੱਕ ਮਿੰਟ ਮੈਂ ਕਰਤਾ ਮੈਂ ਜਾਊਂਗਾ ਫਿਰ ਜਾ ਕੇ ਧੱਕਾ ਲਾ ਕੇ ਤਾਂ ਚੜੂੰਗਾ ਅਸੀਂ ਹੁਣ ਤਰੁਣ ਦੇ ਟੋਪ ਤੇ 2900 ਜਾਂ 2800 ਮੀਟਰ ਤੇ ਹੈਗੇ ਆ ਤੇ ਇੱਥੇ ਪਾਣੀ ਮਹਿੰਗਾ ਮਿਲਦਾ ਸੀ ਸਾਡੇ ਕੋਲ 3 ਲੀਟਰ ਸਟੋਰ ਤਾਂ ਹੈਗਾ ਸੀ ਫਿਰ ਵੀ ਅਸੀਂ ਚਲੋ ਪਾਣੀ ਸਾਈਡ ਤੋਂ ਪਿਘਲ ਰਿਹਾ ਸੀਗਾ ਸ਼ਟਰ ਜਿਹੇ ਤੋਂ ਸ਼ੈਡ ਤੋਂ ਉਦੋਂ ਪਾਣੀ ਭਰ ਲਿਆ ਪਾਣੀ ਉੱਥੇ ਕੋਲ ਹੋਣਾ ਬਹੁਤ ਜ਼ਰੂਰੀ ਆ ਮਾਊਂਟੇਨ 'ਚ ਖੂਨ ਦੇ ਦਿਓ ਪਰ ਪਾਣੀ ਕਿਸੇ ਨੂੰ ਆਉਂਦੀ ਪੀਣ ਵਾਸਤੇ ਅਤੇ ਬਾਕੀ ਬੋਰਡ ਵਾਲਾ ਸਾਡਾ ਮੁੰਡਾ
ਜਿਹਨੂੰ ਟਰੈਕ ਕਰਾਉਣ ਵਾਸਤੇ ਲੈ ਕੇ ਆਇਆ, ਆਪਣਾ ਪੈਕੇਜ ਕੀਤਾ ਮੁੰਡੇ ਨੇ, ਉਹਨੂੰ ਕੁਝ ਫੋਟੋ ਕੀਤੀਆਂ ਨਾਲ ਮਈ ਨਿੱਕੇ ਮੋਟੇ ਆਪਾਂ ਪੋਜ਼ ਜਿਹੇ ਬਣਾ ਕੇ ਥੋੜ੍ਹੇ ਜਿਹੇ ਸਟੰਟ ਕੀਤੇ ਨੇ ਜਾਂ ਪੁਸ਼ਅਪਸ ਵਾਲੇ, ਅਤੇ ਮੋਡੀਫਾਈਡ ਪੁਸ਼ਅਪਸ ਹੁੰਦੇ ਨੇ, ਥੋੜ੍ਹਾ ਜ਼ੋਰ ਜ਼ਿਆਦਾ ਲੱਗਦਾ ਕਿਉਂਕਿ ਬਰਫ਼ ਬਹੁਤ ਜ਼ਿਆਦਾ ਠੰਡੀ ਹੁੰਦੀ ਆ ਗਲੇਸ਼ੀਅਰ ਦੀ, ਕਹਿ ਸਕਦੇ ਕਿ ਅੱਧੀ ਸਟੇਜ 'ਤੇ ਨਾ ਤਿੰਨ ਚਾਰ ਸਟੇਜਾਂ ਜਾਂ ਗਲੇਸ਼ੀਅਰ ਬਣਦਾ ਹੁੰਦਾ ਸਨੋਅ ਤੋਂ ਬਾਅਦ, ਹਵਾ ਨਾਲ ਫਰੀਜ਼ ਹੋ ਗਏ, ਬਟ ਕੁਝ ਨਾ ਕੁਝ ਹਲਕਾ ਹਲਕਾ ਰੂਪ ਧਾਰਨ ਕਰ ਲਿਆ ਸੀ ਇਸ ਸਨੋਅ ਨੇ, ਕਿਉਂਕਿ ਹਾੜ ਹੋਣ ਲੱਗ ਪਈ ਸੀ, ਜੰਮਣ ਲੱਗ ਪਈ ਸੀ ਅਤੇ ਹੱਥਾਂ ਨੂੰ ਬਹੁਤ ਜ਼ਿਆਦਾ ਪੈਂਦੀ ਸੀ, ਪੱਥਰ ਬਣੀ ਹੋਈ ਸੀ, ਬਾਕੀ ਜਨਤਾ ਤਾਂ ਹਜ਼ਾਰਾਂ ਆਉਂਦੀ ਹੈ ਟਰੈਕ ਕਰਨ 'ਤੇ ਜੰਮ ਜਾਂਦੀ ਆ। ਅਤੇ ਇੱਥੇ ਆਪਾਂ ਥੋੜ੍ਹੇ ਜਿਹੇ ਪੋਜ਼ ਬਣਾ ਕੇ ਨਾ ਕੋਈ ਮੋਡੀਫਾਈਡ ਜਿਹੜੇ ਹੁੰਦੇ ਆ ਪੁਸ਼ਅਪਸ ਲਾਉਣੇ ਬੜੇ ਔਖੇ ਹੁੰਦੇ ਆ, ਉਹ ਵੀ ਗਲੇਸ਼ੀਅਰ 'ਤੇ ਨਾ ਭਾਵ ਕੇ ਸਨੋਅ 'ਤੇ, ਅਤੇ ਹੱਥ ਬਹੁਤ ਡਰਦੇ ਆ। ਅਤੇ ਇਸ ਤੋਂ ਬਾਅਦ ਫਿਰ ਆਪਾਂ ਇੱਥੇ ਮਾਹੌਲ ਦੇਖਿਆ ਅਗਲਾ, ਸਾਡਾ ਇੱਥੇ ਕੈਂਪ ਹੈਗਾ ਆ ਅਤੇ ਉੱਪਰ ਫੋਰੈਸਟ ਡਿਪਾਰਟਮੈਂਟ ਬਣਿਆ ਲਾਉਣ ਦਿੱਤਾ ਸਾਨੂੰ ਕੈਂਪ, ਅਸੀਂ ਆਊਟ ਏਰੀਆ ਆ ਗਏ ਥੋੜ੍ਹਾ ਜਿਹਾ ਕੈਂਪ ਲਾਉਣ ਵਾਸਤੇ, ਆਹ ਏਰੀਆ ਹੈਗਾ, ਅਸੀਂ ਥੋੜ੍ਹਾ ਉਹ ਇੱਥੇ ਉੱਪਰ 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 ਰਾਹ ਬਣਿਆ, ਨਹੀਂ 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 ਇਹ ਤਾਂ ਖੱਡਾ ਹੋਏਗਾ ਆਰਾਮ ਨਾਲ, ਇਹ ਉਹ ਮੁੰਡੇ ਨੂੰ ਆਪਾਂ ਕੈਂਪ ਲਾਉਣਾ ਸਿਖਾਉਣਾ ਏਰੀਆ ਰੱਖੀ ਕਿੱਦਾਂ ਕਰਨਾ ਔਰ ਕੈਂਪ ਲਾਉਣਾ, ਇਹ ਸੋਟੀ ਅਤੇ ਪਾਣੀ ਲੈ ਕੇ ਆ ਰਿਹਾ ਦੇਖਦੇ ਕਿੱਥੇ ਆਉਣਾ ਵਾ ਸਾਹਮਣੇ ਥੱਲੇ ਮਕਲੋੜ ਗੰਜ ਧਰਮਸ਼ਾਲਾ ਸਾਰਾ ਲੱਲਾ ਪੱਪਾ ਲਿਖੂਗਾ ਸਾਗ ਤਾਂ ਵਧੀਆ ਆਉਣਾ ਇੱਥੇ ਲਾਉਂਦੇ ਕੈਂਪ। ਹਾਂ ਚੱਲ ਜਗ੍ਹਾ ਪਾਉਂਦੇ ਹਾਂ, ਪੰਨੀ ਪੰਨੀ ਆ ਉੱਪਰ ਤਾਂ ਫੋਰੈਸਟ ਵਾਲੇ ਕੈਂਪ ਨਹੀਂ ਲਾਉਣ ਦਿੰਦੇ ਸੀ, ਲਾਗੇ ਘੱਟ ਸੀ, ਉਹਨੇ ਕਮਰਸ਼ੀਅਲ ਏਰੀਆ ਕਰਕੇ ਕੁਝ ਪੈਸੇ ਲੈ ਲੈਣੇ ਸੀਗੇ ਨਾ, ਅਤੇ ਆਪਾਂ ਪੈਸੇ ਮੋਟੀ ਗੱਲ ਵੀ ਬਜਾਉਣੇ ਸੀਗੇ, ਅਸੀਂ ਇੱਕ ਸਾਈਡ 'ਤੇ ਅੱਗੇ ਥੱਲੇ ਨੂੰ ਆ ਕੇ ਕੈਂਪ ਦਾ ਏਰੀਆ ਦੇਖਿਆ ਜਿੱਥੇ ਧਰਮਸ਼ਾਲਾ ਮੈਕਲੋਡਗੰਜ ਉਹ ਮਨਾਲੀ ਤੱਕ ਜਾ ਕੇ ਕਿਤੇ ਨਿਗ੍ਹਾ ਪੈਂਦੀ ਮਾੜੀ ਮੋਟੀ, ਮੌਸਮ ਤਕਰੀਬਨ ਸਾਫ਼ ਸੀਗਾ, ਮੌਸਮ ਖੁੱਲ੍ਹਿਆ ਸੀ ਪਰ ਸਨੋਅ ਉਦੋਂ ਕਿਤੇ ਲੇਟ ਡਿੱਗ ਗਈ ਆ ਬਰਫ਼ ਇੱਥੇ ਏਰੀਏ 'ਚ, ਅਤੇ ਇੱਥੇ ਪੂਰੀ ਬਰਫ਼ ਪਈ ਹੋਈ ਸੀਗੀ, ਅਤੇ ਆਪਾਂ ਜਿੰਨਾ ਕੁ ਸਿੱਖਿਆ ਟ੍ਰੇਨਿੰਗਾਂ ਵਿੱਚ ਕਿ ਆਪਾਂ ਇੱਥੇ ਕਿੱਦਾਂ ਕੈਂਪ ਲਾਉਣਾ, ਬਰਫ਼ ਪੂਰੀ ਭੰਨ ਕੇ ਫ੍ਰੀਜ਼ ਕਰਕੇ ਇੱਥੇ ਲਾਇਆ ਆਪਾਂ ਆਪਣਾ ਕੈਂਪ ਦੀ ਜਗ੍ਹਾ ਬਣਾਈ, ਸ਼ਰਨੀ ਪੱਥਰ ਸਾਫ਼ ਕਰ ਰਿਹਾ ਬੈਗ ਰੱਖਣ ਵਾਸਤੇ ਬੈਠਣ ਵਾਸਤੇ, ਹਨੇਰਾ ਤਕਰੀਬਨ ਇੱਥੇ ਛੇਤੀ ਹੋ ਜਾਂਦਾ ਹੁੰਦਾ, ਅਤੇ ਅਸੀਂ ਫੁਰਤੀ ਮਾਰੀ ਵੀ ਜਲਦੀ ਜਲਦੀ ਕੈਂਪ ਲੱਗ ਨਾ, ਅਤੇ ਦੇਖੀਏ ਆਪਾਂ ਇੱਕ ਛਾਲ ਮਾਰ ਕੇ ਮਾੜਾ ਜਿਹਾ ਆਪਾਂ ਹੁਸ਼ਿਆਰੀ ਕੀਤੀ ਸਟੰਟ ਕਰਨ ਦੀ ਪਰ ਕਾਮਯਾਬ ਹੋ ਗਈ। ਅਤੇ ਇਸ ਤੋਂ ਬਾਅਦ ਆ ਸ਼ਾਮ ਦਾ ਵਿਊ ਹੋਏ ਹੋਏ ਜਿਵੇਂ ਕਿ ਸਨਰਾਈਜ਼ ਹੋ ਰਿਹਾ ਹੁੰਦਾ, ਸੂਰਜ ਚੜ੍ਹਨ ਦਾ ਵਿਊ ਲੱਗ ਰਿਹਾ, ਬਟ ਇਹ ਸੂਰਜ ਚੜ੍ਹ ਨਹੀਂ ਰਿਹਾ, ਸੂਰਜ ਉੱਤਰ ਰਿਹਾ, ਅਤੇ ਬਿਲਕੁਲ ਨੀਲਾ ਨੀਲਾ ਜਿਹਾ ਕਿਤੇ ਪੀਲਾ ਹੋਇਆ ਪਿਆ ਸੀਨ ਸਾਰਾ। ਅਤੇ ਇਸ ਤੋਂ ਬਾਅਦ ਆਪਣਾ ਆ ਸਾਰਾ ਟੈਂਟ ਅਤੇ ਖਾਣਾ ਰਾਤ ਦਾ ਆਪਾਂ ਜੋ ਖਾ ਪੀ ਰਹੇ ਹਾਂ ਬਣਾ ਰਹੇ ਹਾਂ, ਅਤੇ ਬਾਹਰ ਪੂਰਾ ਮਾਹੌਲ ਜਿਹੜਾ ਹੈਗਾ ਆ ਦੇਖ ਸਕਦੇ ਹਾਂ।
ਲਓ ਜੀ ਬਾਬਿਓ, ਅਸੀਂ ਇਸ ਵਕਤ ਤ੍ਰਿਉਂਡਰ ਟਰੈਕ ਦੇ ਟੌਪ 'ਤੇ ਹਾਂ। ਸਾਹਮਣੇ ਦੀ ਬਰਫ਼ ਦੇਖ ਰਹੇ ਹੋ, ਬਰਫ਼ ਦੇ ਉੱਤੇ ਹੀ ਟੈਂਟ ਕੀਤਾ ਹੋਇਆ। ਆਹੋ ਥੱਲੇ ਨਾ ਬੈਗਲੋਡਗੰਜ ਤੋਂ ਲੈ ਕੇ ਧਰਮਸ਼ਾਲਾ ਸਾਰਾ ਬੜਾ ਘੈਂਟ ਵਿਊ ਦਿਖ ਰਿਹਾ। ਠੀਕ ਹੈ, ਸਵੇਰ ਨੂੰ ਸਨਰਾਈਜ਼ ਹੋਊਗਾ ਨਾ, ਸੂਰਜ ਚੜ੍ਹਨਾ, ਉਹ ਵੀ ਰਿਕਾਰਡ ਕਰਾਂਗੇ। ਮਤਲਬ ਘੈਂਟ ਆ, ਇਸ ਪਹਿਲਾਂ ਟੈਂਟ 'ਤੇ ਲਾਇਆ ਅਤੇ ਬਸ ਵਿਊ ਲਈ ਬਹੁਤ ਜ਼ਿਆਦਾ ਬਰਫ਼ ਪਈ। ਲਓ ਜੀ, ਇਹ ਹੈਗੀ ਆ ਦੋਸਤੋ ਸਵੇਰ, ਗੁੱਡ ਮੋਰਨਿੰਗ ਆਲ ਜੋ ਵਿਊਵਰ ਵੀਡੀਓ ਦੇਖ ਰਹੇ ਆ। ਅਤੇ ਸਵੇਰ ਦਾ ਚੜ੍ਹਿਆ ਸੂਰਜ, ਅਸੀਂ ਤਾਂ ਮੈਂ ਉੱਠਿਆ 7 ਵਜੇ ਦੀ ਵੀਡੀਓ ਆ, ਅਤੇ ਬਹੁਤ ਹੀ ਘੈਂਟ ਆ। ਮਤਲਬ ਨਾ ਇਸ਼ਕ ਹੋਏ ਹੋਏ ਹੋਏ, ਮਤਲਬ ਇਸ਼ਕ ਇੱਦਾਂ ਆ ਕਿ ਸਾਡੇ ਵਰਗੇ ਪੰਜਾਬੀ ਨੇ ਉਹੋ ਜਿਹੀ ਬਰਫ਼ ਪਹਿਲੀ ਵਾਰ ਦੇਖੀ ਹੁੰਦੀ। ਸਾਡੇ ਲਈ ਇਸ਼ਕ ਹੀ ਆ, ਜਿਹੜੇ ਰਹਿੰਦੇ ਬਰਫ਼ 'ਚ ਆ ਉਹਨਾਂ ਲਈ ਇਸ਼ਕ ਕਾਹਦਾ ਨਾ। ਅਤੇ ਗੱਲਬਾਤ ਪੂਰੀ ਬਣੀ ਪਈ ਬਾਬਿਓ, ਅਤੇ ਮੈਂ ਕੁਝ ਵੀਡੀਓ 'ਚ ਫੋਟੋ ਲਈਆਂ, ਸ਼ਰਨਾ 'ਚ ਉੱਠਿਆ ਨਹੀਂ ਸੀਗਾ। ਅਤੇ ਮੈਂ ਕਿਹਾ ਚੱਲ ਅਜੇ ਨਾ ਇੱਥੇ ਆਪਾਂ ਸਵੇਰੇ ਸਵੇਰੇ ਨਾ ਕਿਰਨ ਆਈ ਜਾਂਦੇ, ਠੰਡੀਆਂ ਹੀ ਹੁੰਦੀਆਂ ਅਤੇ ਟੈਂਪਰੇਚਰ ਫੋਨ ਦਾ ਨਾ ਕੈਮਰੇ ਬਾਹਲਾ ਨਹੀਂ ਖੜ੍ਹਦਾ ਹੁੰਦਾ, ਅਤੇ ਗੱਲਬਾਤ ਬਣ ਜਾਂਦੀ ਹੁੰਦੀ ਆ। ਅਤੇ ਮੈਂ ਸਵੇਰੇ ਉੱਠ ਕੇ ਪਹਿਲਾਂ ਵਿਊ ਲਿਆ ਨੈਚੁਰਲ ਨਾ, ਛੋਟੇ ਮੋਟੇ ਸ਼ੋਟ ਲਏ, ਤੁਸੀਂ ਸਾਰੇ ਇੰਜੋਏ ਸ਼ਾਇਦ ਕਰਦੇ ਪਏ ਆ। ਨਾਲ ਤੁਸੀਂ ਮੈਨੂੰ ਕਮੈਂਟ ਬੋਕਸ 'ਚ ਬੁੱਕ ਕਰ ਦਿਓ, ਮੈਂ ਲਿਖ ਕੇ ਤੁਹਾਨੂੰ ਕਿਵੇਂ ਲੱਗ ਰਿਹਾ ਮੇਰਾ ਬਲੌਗ ਅਤੇ ਬੋਲਣ ਦਾ ਲਹਿਜ਼ਾ, ਫੀਡਬੈਕ ਸੈਂਡ ਕਰ ਦਿਓ ਮੈਨੂੰ ਨਾ। ਸਬਸਕ੍ਰਾਈਬ ਜੋ ਕਰਨਾ ਨਹੀਂ ਕਰਨਾ ਤੁਹਾਡੀ ਮਰਜ਼ੀ ਆ, ਪਰ ਆਪਾਂ ਆਪਣਾ ਕੰਮ ਕਰਦਾ ਬਾਈ। ਠੀਕ ਹੈ, ਚਲੋ ਕੋਈ ਗੱਲ, ਲੈ ਦੇ ਕੇ ਸਬਸਕ੍ਰਾਈਬ ਕਰੀ ਦਿਓ। ਮੈਂ ਥੋੜ੍ਹੇ ਆਪਣੇ ਪੋਜ ਜੇ ਬਣਾਏ ਸੈਲਫੀ ਕਰਕੇ, ਸੈਲਫੀ 'ਤੇ ਬਹੁਤ ਵਧੀਆ ਕੁਆਲਿਟੀ ਚੱਕਦਾ ਸੀ ਕੈਮਰਾ। ਦੇਖੋ ਤੁਸੀਂ ਪਹਾੜਾਂ 'ਚ ਆਓਗੇ ਨਾ, ਉੱਥੇ ਨਾ ਧੂਲ ਮਿੱਟੀ ਬਿਲਕੁਲ ਨਹੀਂ ਹੁੰਦੀ ਹੈ ਨਾ, ਉੱਥੇ ਬਿਲਕੁਲ ਪੋਲਿਊਸ਼ਨ ਨਹੀਂ ਹੁੰਦਾ। ਉਹ ਤੁਹਾਡੀ ਉੱਥੇ ਕੁਆਲਿਟੀ, ਮਾੜੇ ਤੋਂ ਮਾੜਾ ਫੋਨ ਵੀ ਨਾ ਕੁਆਲਿਟੀ ਚੱਕ ਹੀ ਲੈਂਦਾ। ਠੀਕ ਆ, ਅਤੇ ਇਹ ਨਹੀਂ ਟੈਨਸ਼ਨ ਲੈਣੀ ਕਿ ਫੋਨ ਵਧੀਆ ਲੈ ਕੇ ਜਾਣਾ। ਤੁਸੀਂ ਉੱਥੇ ਜਾਓਗੇ, ਮੌਸਮ ਵਧੀਆ, ਫੋਨ ਆਪੇ ਓਕੇ ਹੋ ਜਾਣਾ। ਅਤੇ ਮਤਲਬ ਬਹੁਤ ਵਧੀਆ ਸੀਗਾ, ਮੈਂ ਤਾਂ ਪੂਰਾ ਉੱਥੇ ਨਾ ਸਵੇਰੇ ਉੱਠ ਕੇ ਇੰਜੋਏ ਕੀਤਾ। ਅਤੇ ਸਵੇਰ ਦੀ ਜਿਹੜੀ ਨਾ ਮਿੱਠੀ ਮਿੱਠੀ ਧੁੱਪ ਪੈਂਦੀ ਨਾ, ਉਹਦਾ ਨਜ਼ਾਰਾ ਵੱਖਰਾ। ਦੁਪਹਿਰ ਨੂੰ ਵੈਸੇ ਉੱਪਰ ਹਾਈਟ 'ਤੇ ਜਾ ਕੇ ਧੁੱਪ ਪੈਂਦੀ, ਪੂਰਾ ਸਰੀਰ ਸਾੜਦੀ ਆ, ਐਡੀ ਗੱਲ ਨਹੀਂ, ਬਹੁਤ ਤੇਜ਼ ਧੁੱਪ ਪੈਂਦੀ ਹੁੰਦੀ ਆ, ਗਰਮੀ ਵੀ ਆਉਣ ਲੱਗ ਪੈਂਦੀ ਆ। ਅਤੇ ਪਰ ਸਵੇਰ ਦਾ ਨਜ਼ਾਰਾ ਵੱਖਰਾ ਹੁੰਦਾ। ਅਤੇ ਬਾਕੀ ਕੁਝ ਕਲੋਲਾ ਕਰ ਰਹੇ ਹਾਂ, ਆਹ ਦੇਖੋ ਕੋਈ ਸਾਹਿਬ ਟੈਂਟ ਵਿੱਚ ਚਾਹ ਬਣਾ ਰਹੇ ਨੇ ਸਾਡੇ ਲਈ, ਆਪਦੇ ਲਈ ਨਹੀਂ ਸਾਡੇ ਲਈ। ਚਲੋ ਹੁਣ ਚਾਹ ਦੇ ਨਾਲ ਭਾਜੀ ਕੀ ਖਾਓਗੇ? ਚਲੋ ਹਾਸੀਆਂ ਮਜ਼ਾਕੀਆਂ ਕਰਕੇ ਚਾਰੇ ਚੁਸਕੇ ਆਪਾਂ ਲਾਏ, ਚਾਰੇ ਚੁਸਕੇ ਲਾਉਣ ਦਾ ਨਜ਼ਾਰਾ ਯਾਰ ਸਹੀ ਹੈ ਸਾਨੂੰ। ਬਰਫ਼ 'ਚ ਜੋ ਪੂਰੀ ਧੁੱਪ ਪੈਂਦੀ ਹੋਵੇ ਹੈ, ਪੂਰੀ ਸਿਖਰ ਵਾਲੀ ਹੈ ਨਾ, ਅਤੇ ਨਜ਼ਾਰਾ ਉੱਦਾਂ ਪਹਾੜਾਂ ਦਾ ਵਿਊ ਦਿਖਾ ਕੇ। ਅਰੇ ਮਾੜੇ ਕੱਪੜੇ ਭੇਜੇ ਕੱਲ੍ਹ ਦੇ, ਕੋਈ ਰਾਤ ਦੇ ਭੇਜ ਗਏ ਸੀਗੇ, ਇਹ ਸੁਕਾਉਣ ਡਿਆ। ਚਲੋ ਉਹਦਾ ਮੁੰਡਾ ਕੰਮ ਕਰਨ ਲੱਗ ਪਿਆ, ਕਹਿੰਦੇ ਘਰੇ ਡੱਕਾ ਨਹੀਂ ਤੋੜਦਾ ਸੀ, ਪਰ ਪਹਾੜਾ ਜਿਹਾ ਮੈਂ ਕੰਮ ਕਰਨ ਲੱਗਦਾ ਮੁੰਡਾ। ਅਤੇ ਆਪਾਂ ਵੀ ਫਿਰ ਥੋੜ੍ਹਾ ਜਿਹਾ ਮਾਹੌਲ ਜਿਹਾ ਬਣਾਇਆ। ਮੈਂ ਕਿਹਾ ਕਿ ਆ ਭੈਣੇ ਪਿੱਛੇ ਰਹਿ ਦੀ ਹੈ ਹਰ ਤਰ੍ਹਾਂ ਦੀ। ਦੇਖੋ ਐਨਕਾਂ ਸਾਡੇ ਕੋਲੋਂ ਸੀਗੀਆਂ ਉਸ ਵਕਤ, ਅੱਠ ਪੀਸ ਐਨਕਾਂ ਦੇ ਸੀ। ਤੁਸੀਂ ਦੇਖਿਆ ਨਾ ਕਿ ਵੀਡੀਓ 'ਚ ਫੋਟੋਆਂ ਸਾਨੂੰ, ਅਸੀਂ ਇਕੱਠਾ ਟਿੱਕਾ ਮਰਿਆ ਭਾਈ ਨਾਲ, ਅਤੇ ਹਰੇਕ ਵੱਖਰੀ ਵੱਖਰੀ ਐਨਕ ਮਿਲੀ ਹੋਣੀ। ਦੇਖੋ ਐਨਕਾਂ ਹੋਣੀਆਂ ਬਹੁਤ ਜ਼ਰੂਰੀ ਆ ਗਲੇਸ਼ੀਅਰ ਵਾਲੀ ਸਾਈਡ, ਸਨੋਅ ਵਾਲੀ ਸਾਈਡ 'ਚ। ਅਤੇ ਇਹ ਇੱਥੇ ਫਿਰਦਾ, ਕੱਪੜੇ ਸੁੱਕਣੇ ਪਾਉਂਦਾ ਮਾਮਾ, ਕਿਉਂਕਿ ਇਹਦੀ ਇੱਕ ਜੈਕਟ ਬਹੁਤ ਜ਼ਿਆਦਾ ਗਿੱਲੀ ਹੋ ਗਈ ਸੀ ਅਤੇ ਇਹਦਾ ਭਾਰ ਹੋ ਗਿਆ ਜ਼ਿਆਦਾ। ਕਹਿੰਦਾ ਕੀ ਕਰਾਂ? ਮੈਂ ਕਿਹਾ ਭਾਈ ਦੇਖੋ ਆਪਣਾ ਚੱਕੋ, ਹੁਣ ਪਜਾਮਾ ਢਿੱਲਾ ਹੋ ਗਿਆ, 96 ਕਿਲੋ ਵੇਟ ਸੀ 98 ਕਿਲੋ, ਅਤੇ ਇੱਥੇ ਭਾਰ ਟੁੱਟ ਗਿਆ ਦਾ।
ਅਤੇ ਥੋੜ੍ਹੇ ਤੁਰਦੇ ਆਉਂਦੇ ਦਾ ਮੈਂ ਹਲਕਾ ਜਿਹਾ ਕੇ ਪੋਜ ਲਿਆ ਸੀ ਸਲੋ ਮੋਸ਼ਨ ਦਾ, ਕਿਉਂਕਿ ਇਹ ਨਾ ਇਹਦਾ ਕੱਦ ਕੁੱਦ ਚੰਗਾ ਲੰਬਾ ਆ ਅਤੇ ਨਾ ਆਰਮੀ ਲੁੱਕ ਜਮਾਂ ਦੀ ਕੱਪੜੇ ਲੱਗਦੀ ਸੀਗੀ ਅਤੇ DMS ਸ਼ੂਜ਼ ਪਾਏ ਸੀ ਇਹਨੇ, ਪਰ ਸ਼ੂਜ਼ ਤਾਂ ਬਹੁਤ ਵਧੀਆ ਸੀ। ਮੇਰੇ ਸ਼ੂਜ਼ ਭਿੱਜ ਗਏ ਸੀ, ਡਿਕੈਥਲੋਨ ਦੇ ਨਿਕੰਮੇ ਨਿਕਲੇ ਆ, 5,055 ਸ਼ੂਜ਼ ਜਿਹੜੇ ਆਉਂਦੇ ਆ ਵਧੀਆ ਸਨੋਹ ਵਾਲੇ, ਹੈ ਨਾ, ਵਾਟਰਪਰੂਫ ਏਅਰ ਪਰੂਫ, ਪਰ ਉਹ ਨਿਕੰਮੇ ਸੀ। ਫਿਰ ਇਸ ਤੋਂ ਬਾਅਦ ਇਹਦਾ ਦੁਖਿਆ ਸਿਰ, ਅਤੇ ਮੈਂ ਇਹਦਾ ਫਿਰ ਸਿਰ ਕੁੱਟਿਆ ਉੱਥੇ। ਸਿਰ ਤੁਹਾਨੂੰ ਪਤਾ ਕਿ ਮੈਂ ਫਿਜੀਓਥੈਰੇਪੀ ਸਪੋਰਟਸ ਵਾਲੀ ਕਰ ਲੈਂਦਾ ਹਾਂ, ਬੋਡੀ ਰਿਲੈਕਸ ਕਰਨ ਤੋਂ ਲੈ ਕੇ ਸਿਰ ਦੀ ਮਸਾਜ ਜੇ ਕਿਸੇ ਨੇ ਕਰਵਾਉਣੀ ਹੋਵੇ ਮੇਰੇ ਕੋਲ ਫਰੀ ਆਫ ਕੋਸਟ, ਤਾਂ ਮੈਨੂੰ ਕੰਟੈਕਟ ਕਰ ਲਿਓ, ਨੰਬਰ ਮੈਂ ਤੁਹਾਨੂੰ ਲਾਸਟ 'ਤੇ ਬੋਲ ਦੇਣਾ ਜਾਂ ਮੈਸੇਜ ਕਰ ਦਿਓ, ਅਤੇ ਸਿਰ ਦੀ ਮਸਾਜ ਆਪਾਂ ਜਮ੍ਹਾਂ ਓਕੇ ਕਰ ਦਈਦਾ ਨਾ। ਹਾਂ, ਮੈਂ ਪੈਸੇ ਨਹੀਂ ਉਹਨਾਂ ਕੋਲ ਲੈਣੇ, ਪਰ ਮੈਨੂੰ ਘੁੱਟ ਕੇ ਚਾਹ ਪਿਆ ਦਿਓ। ਬਾਅਦ 'ਚ ਫਿਰ ਧੁੱਪ ਨਿਕਲ ਆਈ ਅਤੇ ਮੇਰਾ ਦਿਲ ਕੀਤਾ ਮੈਂ ਫਿਰ ਕੱਪੜੇ ਲਾ ਕੇ ਚਲੋ ਚੌਡੀ ਕਰਨੀ, ਆਪਾਂ ਥੱਲੇ ਨਿੱਕੀ ਜਿਹੀ ਉਹਨੇ ਅੰਡਰਵੀਅਰ ਜੀ ਵੀ ਸ਼ੇਪ ਜੀ ਪਾਈ ਹੋਈ ਸੀ, ਆਪਾਂ ਪਾਇਆ 10 ਮਿੰਟ ਭੰਗੜਾ। ਠੀਕ ਹੈ, ਵੀਡੀਓ ਮੈਂ ਤਾਂ ਬਰਾਰ ਕੀਤੀ, ਸੰਗ ਜੀ ਹੁੰਦੀ ਆ, ਪਰ ਵੀਡੀਓ ਨਾਲ ਅਟੈਚ ਜ਼ਰੂਰ ਕਰਨੀ ਸੀ ਨਾ, ਕਿਉਂਕਿ ਆਪਾਂ ਹਰ ਤਰ੍ਹਾਂ ਫਨ ਉੱਥੇ ਕੀਤਾ, ਅਤੇ ਉਹ ਫਿਰ ਛੋਟੀ ਇੱਕ ਅੱਛੀ ਚੀਜ਼ ਕਰਕੇ ਫਿਰ ਮੈਂ ਬਰਾਰ ਕਰ ਦਿੱਤੀ। ਅਜੋ ਜੀ, ਆਪਾਂ ਹੁਣ ਫਾਈਨਲੀ 300 ਟਰੈਕ ਬਾਰੇ ਗੱਲ ਕਰਦੇ ਹਾਂ। ਇਹ ਰੱਖਿਆ ਤੁਹਾਡਾ ਟੈਂਟ ਲੱਗਿਆ, ਅਤੇ ਅਸੀਂ ਹੋਰ ਸਾਹਮਣੇ ਟੋਪ ਹੈਗਾ ਨਾ, ਅਤੇ ਖੰਭਾ ਦਿਸਦਾ ਪਿਆ ਅਤੇ ਬੋਰਡ ਲੱਗਿਆ, ਮਤਲਬ ਸਾਰਾ 300 ਦਾ ਏਰੀਆ, ਅਤੇ ਹੈਗਾ ਜੀ ਵਿੰਟਰ ਦਾ ਟਰੈਕ। ਠੀਕ ਹੈ, ਔਰ ਮੇਰੇ ਨਾਲ ਦਾ ਲੱਤਾਂ ਮਾਲਦਾ ਪਿਆ, ਪੱਟ ਪੁੱਟ ਮਸਲ ਦੇ ਬਹੁਤ ਟਾਈਟ ਹੋ ਗਏ ਸੀਗੇ, ਕਿਉਂਕਿ ਫਸਟ ਟਾਈਮ ਟਰੈਕ ਕੀਤਾ ਨਾ ਉਹਨੇ ਇਸ ਲਈ। ਅਤੇ ਇੱਧਰ ਆਪਾਂ ਆਹ ਸਾਰਾ ਮੌਲ ਪਹਿਲਾਂ ਦੇਖੋ, ਬਾਕੀ ਗੱਲ ਬਾਅਦ ਕਰਦੇ ਹਾਂ। ਅਤੇ ਤੁਸੀਂ ਵਿੰਟਰ ਦਾ ਜਦੋਂ ਟਰੈਕ ਕਰਨਾ ਕਿਸੇ ਨੇ ਵੀ, ਨਾ ਕਿਸੇ ਪੰਜਾਬੀ ਨੇ ਚਾਹੇ ਅਦਰ ਸਟੇਟ ਵਾਲੇ ਕਿਸੇ ਨੇ ਵੀ, ਮੈਂ ਬੋਲਣਾ ਪੰਜਾਬੀ 'ਚ ਹੋਈ ਆ, ਠੀਕ ਹੈ, ਟ੍ਰਾਂਸਲੇਟਰ ਤੁਸੀਂ ਹਿੰਦੀ ਉਹ ਕਰਾ ਲਿਓ ਜੇ ਹਿੰਦੀ ਸੁਣਨਾ ਤਾਂ। ਅਤੇ ਇਹ ਟਰੈਕ ਦੀਆਂ ਆਪਾਂ ਕੁਝ ਖਾਸ ਖਾਸ ਗੱਲਾਂ ਕਰਦੇ ਹਾਂ ਕਿ ਤੁਸੀਂ ਵਿੰਟਰ ਵਿੱਚ ਤੁਸੀਂ ਜੀ ਆਪ ਖੁਦ ਇੱਦਾਂ ਦਾ ਪੰਗਾ ਲੈਣਾ ਆ ਕੈਂਪ ਕਰਨ ਦਾ। ਦੇਖਿਓ, ਅਸੀਂ ਇੱਥੇ ਕੈਂਪ ਕੀਤਾ ਆਪਣਾ, ਠੀਕ ਹੈ, ਕੈਂਪ ਇੱਥੇ ਕਰਨ ਦਾ ਰਾਏ ਕਾਰਨ ਇਹ ਸੀ ਕਿਉਂਕਿ ਇਹਦੇ ਸਾਹਮਣੇ ਉਹ ਥੱਲੇ ਜਿਹੜਾ ਵਿਊ ਹੈਗਾ ਆ ਉਹ ਬੜਾ ਘੈਂਟ ਵਿਊ ਸੀਗਾ, ਰਾਤੀ ਲਾਈਟਾਂ ਬੜੇ ਚੰਗੀਆਂ ਜਗਦੀਆਂ ਸੀਗੀਆਂ ਧਰਮਸ਼ਾਲਾ ਮਲੋੜਗੰਜ ਦੀਆਂ, ਅਤੇ ਉਹ ਵਿਊ ਖਾਤਰ ਅਸੀਂ ਇੱਧਰ ਆਪਣਾ ਸਟੇਅ ਕਰ ਲਿਆ। ਠੀਕ ਹੈ, ਪਰ ਵਿੰਟਰ ਵਿੱਚ ਜਿਹੜਾ ਆਪਾਂ ਕਰਨਾ ਆ, ਪਰ ਤੁਸੀਂ ਜੇਕਰ ਇਸ ਬਰਫੀਲੇ ਮੌਸਮ ਦੇ ਵਿੱਚ ਭਾਵ ਕਿ ਜਦੋਂ ਜਨਵਰੀ ਹਾਫ ਤੋਂ ਲੈ ਲਓ, ਹੈ ਨਾ, ਅਤੇ ਫਰਵਰੀ ਹਾਫ ਤੱਕ ਤੁਸੀਂ ਜੇ 300 ਦਾ ਟਰੈਕ ਕਰਨਾ, ਤਾਂ ਇੱਥੇ ਤੁਹਾਨੂੰ ਬਹੁਤ ਜ਼ਿਆਦਾ ਬਰਫ਼ਬਾਰੀ ਮਿਲਣੀ ਆ, ਅਤੇ ਮਤਲਬ ਤੁਸੀਂ ਕਹਿ ਸਕਦੇ ਆ ਵੀ 6-6 ਫੁੱਟ ਅਤੇ 8-8 ਫੁੱਟ ਤੱਕ ਵੀ ਬਰਫ਼ ਇੱਥੇ ਮਿਲ ਜਾਂਦੀ ਆ। ਠੀਕ ਹੈ, ਅਤੇ ਇੱਥੇ ਰਾਤ ਨੂੰ ਸਟੇਅ ਕਰਨਾ ਬਹੁਤ ਔਖਾ ਹੁੰਦਾ ਆ, ਅਤੇ ਦਾ ਫੋਰੈਸਟ ਵਾਲੇ ਨੇ ਉੱਪਰ ਹੱਟ ਲਾਇਆ ਥੱਲੇ, ਪਰ ਇੱਕ ਕੈਂਪਿੰਗ ਏਰੀਆ ਤੁਹਾਨੂੰ ਦਿਖਾਵਾਂਗੇ, ਉੱਥੇ ਕੈਂਪ ਲੱਗਿਆ, ਉਹ 2,000 ਅਤੇ 3,000 ਰੁਪਇਆ ਵਿੱਦ ਖਾਣਾ ਇੰਕਲੂਡ ਨਾ ਲੈਂਦੇ ਆ, ਤੁਸੀਂ ਉੱਥੇ ਰਹਿ ਸਕਦੇ ਹੋ ਜੇ ਤੁਹਾਡੇ ਕੋਲ ਜੇਬ ਸਰਦੀ ਬਣਦੀ ਤਾਂ, ਨਾ। ਇਹ ਉਹਨਾਂ ਵਾਸਤੇ ਆ ਜਿਹਨਾਂ ਨੂੰ ਪਹਾੜਾਂ ਵਾਲੇ ਮਤਲਬ ਤੁਸੀਂ ਆਪਣੇ ਫਸਟ ਟਾਈਮ ਆਏ ਆ ਨਾ, ਅਤੇ ਕੈਂਪ ਕੁੰਪ ਦਾ ਪਤਾ ਨਹੀਂ ਨਾ, ਅਤੇ ਉਹ ਤੁਸੀਂ ਨਾ ਦੇਖਾ ਦਿਖਾਈ ਵੇਖ ਕੇ ਤਾਂ ਕੈਂਪ ਨਹੀਂ ਕਰਨਾ ਮੇਰੇ ਵੀਰੇ, ਤੁਸੀਂ ਉੱਥੇ ਆਪਣਾ 2-3 ਹਜ਼ਾਰ ਰੁਪਇਆ, ਕਿਉਂਕਿ ਜਾਣ ਤੋਂ ਵੱਡੀ ਨਾ ਕੋਈ ਚੀਜ਼ ਨਹੀਂ ਹੁੰਦੀ। ਠੀਕ ਹੈ, ਕੈਂਪ ਕਰਨ ਲਈ ਬੰਦੇ ਉਹ ਹੁੰਦੇ ਜਿਹਨਾਂ ਨੇ ਆਲਰੇਡੀ, ਹੈ ਨਾ, ਬੇਸਿਕ ਐਡਵਾਂਸ ਕੋਰਸ ਕੀਤੇ ਹੁੰਦੇ ਆ ਨਾ, ਅਤੇ ਨੌਲੇਜ ਹੁੰਦੀ ਵੀ ਅਸੀਂ ਵਿੰਟਰ 'ਚ ਕਿਵੇਂ ਸਰਵਾਈਵ ਕਰਨਾ ਆ, ਕਿ ਅਤੇ ਕਿਵੇਂ ਅਸੀਂ ਆਪਾਂ ਇੱਥੇ ਰਹਿ ਸਕਦੇ ਹਾਂ ਨਾ, ਇਹ ਉਹਨਾਂ ਵਾਸਤੇ ਹੁੰਦਾ, ਅਤੇ ਉਹ ਸਾਰਾ ਜੁਗਾੜ ਕਰ ਲੈਂਦੇ ਆ ਨਾ। ਮੇਰੇ ਨਾਲ ਮੁੰਡਾ ਚਲੋ ਨਵਾਂ ਸੀਗਾ ਕੱਚੀ ਜਿਹੀ ਉਮਰ ਦਾ, ਅਤੇ ਚਲੋ ਇਹ ਨਾਲ ਸੀਗਾ, ਹੁਣ ਇਹਨੇ ਇਕੱਲੇ ਕੈਂਪ ਕਰਨ ਦਾ ਕਦੇ ਨਹੀਂ ਕਰ ਸਕਦਾ ਸੀ ਨਾ। ਸੋ ਇੱਥੇ ਜਦੋਂ ਆਪਾਂ ਵਿੰਟਰ ਦਾ ਕਰਨਾ, ਤਾਂ ਤੁਹਾਡੇ ਕੋਲ ਸਭ ਤੋਂ ਪਹਿਲਾਂ, ਹੈ ਨਾ, ਟੈਂਟ ਹੋ ਗਿਆ ਹੋਣਾ ਚਾਹੀਦਾ ਵਧੀਆ ਕੁਆਲਿਟੀ ਵਾਲਾ, ਹੈ ਨਾ, ਜਿਹਦੇ ਵਿੱਚ ਪਾਣੀ ਨਾ ਵੜੇ, ਹੈ ਨਾ, ਜੇ ਰਾਤ ਨੂੰ ਹਵਾ ਵੀ ਚੱਲੇ ਉੱਡਣਾ ਜਾਵੇ ਕਿਤੇ, ਨਾ, ਸੂਟੀਆਂ ਸਾਟੀਆਂ ਦੀਆਂ ਵਧੀਆ ਹੋਣ, ਸਟਿੱਕਾਂ ਜਿਹੜੀਆਂ ਹੁੰਦੀਆਂ ਵਿੱਚ ਲੱਗਦੀਆਂ ਸਪੋਰਟ ਵਾਸਤੇ, ਔਰ ਮੈਂ ਸਾਰਾ ਮਟੀਰੀਅਲ ਵਧੀਆ ਹੋਵੇ, ਸਲੀਪਿੰਗ ਬੈਗ ਤੁਹਾਡੇ ਕੋਲ ਘੱਟੋ ਘੱਟ ਆਈ, ਸੋ ਜੇ ਵਿੰਟਰ ਦੇ ਵਿੱਚ ਤੁਸੀਂ ਸਟੇਅ ਕਰਨਾ ਬਰਫ਼ ਉੱਤੇ,
ਤਾਂ ਤੁਸੀਂ ਪਲੀਜ਼ ਆਪਣਾ ਮਾਈਨਸ ਡਿਗਰੀ ਵਾਲਾ ਹੀ ਤੁਸੀਂ ਆਪਣੀ ਸਲੀਪਿੰਗ ਬੈਗ ਲੈ ਕੇ ਆਓ। ਤੁਹਾਡੇ ਕੋਲ ਬਿਊਟਨ ਚੁੱਲ੍ਹਾ, ਬਿਊਟਨ ਗੈਸ ਚੁੱਲ੍ਹਾ ਹੋਣਾ ਚਾਹੀਦਾ ਹੈ ਨਾ। ਅਤੇ ਫੂਡ ਵਿੱਚ ਤੁਸੀਂ ਆਪਣੀ ਮੈਗੀ ਲੈ ਆਓ ਨਾ, ਹੋਲੈਕਸ ਲੈ ਆਓ, ਕਾਫੀ ਲੈ ਆਓ, ਪੱਤੀ, ਬਲੈਕ ਟੀ ਆਦਿ ਪੀਓ। ਕੋਸ਼ਿਸ਼ ਕਰੋ ਇੱਥੇ ਦੁੱਧ ਵਾਲੀ ਚਾਹ ਨਾ ਪੀਓ, ਕਿਉਂਕਿ ਉਹ ਰੇਸ਼ਾ ਦਾ ਘਰ ਹੁੰਦਾ। ਅਤੇ ਬਲੈਕ ਟੀ ਤੁਸੀਂ ਵੱਧ ਤੋਂ ਵੱਧ ਪੀਓ ਇੱਥੇ, ਜੋ ਹੋ ਸਕਦਾ ਤਾਂ ਕਾੜਾ ਬਣਾ ਕੇ ਪੀ ਲਓ। ਆਪਣੀ ਦਵਾਈ ਬੂਟੀ ਨਾਲ ਲੈ ਕੇ ਆਓ, ਠੀਕ ਹੈ। ਅਤੇ ਟਰੈਕ ਜਿਹੜਾ ਵਿੰਟਰ ਦਾ ਜਿਹੜਾ ਕਰਨ ਦਾ ਨਜ਼ਾਰਾ ਹੈਗਾ ਨਾ, ਉਹ ਤੁਸੀਂ ਗੱਲੂ ਦੇਵੀ ਮੰਦਿਰ ਜਿਹੜਾ ਹੈਗਾ ਆ, ਟੈਂਪਲ ਆ, ਉੱਧਰੋਂ ਤੁਸੀਂ ਕਰਨਾ। ਮੈਕਲੋਡਗੰਜ ਤੋਂ ਧਰਮਕੋਟ, ਧਰਮਕੋਟ ਤੁਸੀਂ ਗੱਲੂ ਦੇਵੀ ਟੈਂਪਲ ਆ ਜਾਣਾ, ਉੱਥੋਂ ਤੜਕੇ ਸ਼ੁਰੂ ਕਰਨਾ ਆ। ਅਤੇ ਜੇ ਵਿੰਟਰ 'ਚ ਕਰਨਾ ਤਾਂ ਮੇਰਾ ਵੀਰ ਕੋਸ਼ਿਸ਼ ਕਰੋ ਤੁਸੀਂ ਤੁਸੀਂ ਉੱਥੋਂ 8 ਵਜੇ ਨਿਕਲ ਪਓ, ਹੈ ਨਾ। ਅਸੀਂ ਤਾਂ ਪੂਰੇ 6 ਵਜੇ ਨਿਕਲ ਪਏ ਸੀਗੇ, ਉਹ ਕਾਰਨ ਕੀ ਹੈ 6 ਵਜੇ ਬਾਅਦ ਦੱਸਦਾ ਮੈਂ। ਇੱਥੇ ਥੋੜ੍ਹਾ ਜਿਹਾ ਇੱਕ ਹੋਰ ਮਾਹੌਲ ਬੜਾ ਖਰਾਬ ਹੋਇਆ ਪਿਆ, ਇੱਥੇ ਕੈਂਪ ਨਹੀਂ ਕਰਨ ਦਿੰਦੇ ਛੇਤੀ ਕਿਸੇ ਨੂੰ, ਠੀਕ ਹੈ। ਮਤਲਬ ਮਾਹੌਲ ਥੱਲੇ ਖਰਾਬ ਕੀਤਾ ਪਿਆ, ਉੱਪਰ ਆ ਕੇ ਕੈਂਪ ਤੁਸੀਂ ਕਰ ਸਕਦੇ ਆ ਨਾ, ਅਤੇ ਕੈਂਪ ਨਹੀਂ ਕਰਨ ਦਿੰਦੇ। ਅਤੇ ਉਹ ਕਹਿੰਦੇ ਵੀ ਇੱਥੇ ਮਨਾ ਕਰਦੇ ਆ, ਅਤੇ ਜਿਹੜੇ ਬੰਦੇ ਪ੍ਰਾਈਵੇਟ ਕੰਪਨੀ ਵਾਲੇ ਉਹ ਆਪਦਾ ਕੈਂਪ ਕਰਾਉਂਦੇ ਆ, ਚਲੋ ਪੈਸੇ ਝਾੜਦੇ ਆ ਉਹ, ਅਤੇ ਲੁੱਟ ਲਾਇਆ ਕੰਮ ਹੀ ਆ ਯਾਰ, ਠੀਕ ਹੈ। ਉਹਨੇ ਥੱਲੇ ਲਿਖੇ ਲਾਇਆ ਹੁਣ ਪਰਮਿਟ ਹੈਗਾ 200 ਰੁਪਇਆ ਉੱਥੇ, ਠੀਕ ਹੈ, 200 ਰੁਪਇਆ ਪਰਮਿਟ ਲਿਖਿਆ, ਵਿੱਚ 100 ਲਈ 200 ਲਈ ਜਾਂਦੇ ਆ। ਅਤੇ ਜੇ ਉੱਥੇ ਕੈਂਪ ਕਰਨਾ ਆਇਆ ਤਾਂ ਤੁਹਾਨੂੰ 3,000 'ਚ ਪੈ ਜਾਂਦਾ। ਅਤੇ ਅਸੀਂ ਤਾਂ ਤੁਹਾਨੂੰ ਸੀ ਸਾਹਿਬ ਪਰਮਿਟ ਵੀ ਨਹੀਂ ਲਿਆ, ਅਸੀਂ ਤੜਕੇ ਮਤਲਬ 5 ਵਜੇ ਉੱਠੇ ਹਾਂ, ਰੈਡੀ ਵੈਡੀ ਕਰਕੇ, ਪੈਕਿੰਗ ਕਰਕੇ, ਅਤੇ ਅਸੀਂ 6 ਵਜੇ ਨਿਕਲ ਪਏ ਸੀਗੇ। ਅਤੇ ਉਹ ਸਟਾਫ ਹੁੰਦਾ ਜਾ ਕੇ 9 ਵਜੇ, 8:30-9 ਵਜੇ ਸਟਾਫ ਆਉਂਦਾ ਜਿਹੜਾ ਪਰਮਿਟ ਦਿੰਦੇ ਹੁਣ। ਅਸੀਂ ਫਿਰ ਸਾਡੇ ਕੋਲ ਸਮਾਨ ਸੀਗਾ ਜਿਹੜਾ, ਮੇਰੇ ਕੋਲ ਵੇਟ ਕਾਫੀ ਸੀਗਾ, ਕਿਉਂਕਿ ਮੈਂ ਕਾਫੀ ਲੰਬੇ ਟਾਈਮ ਬਾਅਦ ਟਰੈਕ ਕਰਨ ਲੱਗ ਗਿਆ, ਕੋਈ ਫਿਜ਼ੀਕਲ ਰੀਜ਼ਨ ਰਿਹਾ, ਕੁਝ ਆਪਣੇ ਸਮਾਜਿਕ ਮਸਲੇ ਮੇਰੇ ਰਹੇ ਆ, ਲੰਬੇ ਟਾਈਮ ਬਾਅਦ ਇਸ ਲਾਈਨ ਦੇ ਵਿੱਚ ਮੈਂ ਐਕਟਿਵ ਹੋਇਆ। ਅਤੇ ਬਹੁਤ ਲੱਗਦਾ ਸੀ ਕਿ ਹੈਪੀ ਖਤਮ ਹੋ ਗਿਆ, ਕਿਉਂਕਿ ਮੇਰੇ ਜਿਹੜੇ ਸੁਪਨੇ ਆ ਨਾ, ਅਤੇ ਮੇਰੇ ਅਚੀਵਮੈਂਟਸ ਅਜੇ ਅਧੂਰੀਆਂ ਪਈਆਂ ਨੇ, ਕਰਨੀਆਂ ਨੇ, ਕਦੋਂ ਪੂਰੀਆਂ ਹੋਣੀਆਂ ਅੱਲਾ ਜਾਣੇ, ਅਤੇ ਉਹਨਾਂ ਨੂੰ ਪੂਰੀਆਂ ਕਰਾਂਗੇ। ਪਰ ਇੱਕ ਮੈਂ ਬੋਡੀ ਦਾ ਟਰਾਇਲ ਲੈਣਾ ਸੀਗਾ, ਹੈ ਨਾ, ਵੀ ਮੇਰਾ ਟਰਾਇਲ ਕਿਵੇਂ ਮੇਰਾ ਰਹੇਗਾ ਬੋਡੀ ਦਾ ਨਾ। ਤਾਂ ਮੇਰੇ ਕੋਲ ਸੀਗਾ ਜੀ, ਕੱਲ੍ਹ ਵੇਟ ਤੁਸੀਂ ਫੋਟੋਜ਼ ਵੀਡੀਓ ਦੇਖ ਹੀ ਲਿਆ, ਮੇਰੇ ਕੋਲ ਸੀਗਾ 36 ਤੋਂ 40 ਵਿੱਚ ਮਤਲਬ ਕਿਲੋ ਭਾਰ ਸੀ ਮੇਰੇ ਕੋਲ, ਅਤੇ ਉਹ ਮੁੰਡੇ ਕੋਲ ਸੀ 22 ਕਿਲੋ ਭਾਰ। ਅਤੇ ਮੈਂ ਆਪਣਾ ਵੱਧ ਤੋਂ ਵੱਧ ਵੇਟ ਲੈ ਕੇ ਆ ਕਿ ਮੇਰੀ ਮਸਲ ਮੈਮਰੀ, ਮੈਂ ਮੈਂਟਲੀ ਕੰਡੀਸ਼ਨ ਕੀ ਰਹਿੰਦੀ ਆ, ਮਸਲ ਮੈਮਰੀ ਕੀ, ਜਨੂਨ ਕਿੰਨਾ, ਠੰਡਾ ਪੈ ਕੇ ਗਰਮ ਹੋਇਆ, ਗੱਲ ਖਤਮ ਯਾਰ ਨਾ। ਅਤੇ ਮੈਂ ਉਸ ਹਿਸਾਬ ਨਾਲ ਆਇਆ, ਅਤੇ ਸਾਰਾ ਵੇਖ ਘੈਂਟ ਰਿਹਾ, ਕੋਈ ਪ੍ਰੋਬਲਮ ਨਹੀਂ ਨਾ, ਗਲੇ ਪ੍ਰੋਬਲਮ ਆਈ ਨਾ, ਨੱਕ ਛਿੱਕ ਜ਼ੁਕਾਮ ਦੀ ਆਈ ਹੈ ਨਾ, ਮਾੜੀ ਮੋਟੀ ਬਲਗਮ ਤਾਂ ਹੁੰਦੀ, ਹਰ ਇੱਕ ਨੂੰ ਹੁੰਦੀ ਨਾ, ਉਹ ਤਾਂ ਨੱਕ ਨੁੱਕ ਬੰਦਾ ਕਵਰ ਰੱਖੇ ਤਾਂ ਹੋਈ ਜਾਂਦਾ, ਅਤੇ ਵਧੀਆ ਰਿਹਾ, ਠੀਕ ਹੈ। ਅਤੇ ਵਿੰਟਰ ਦਾ ਬਹੁਤ ਵਧੀਆ ਸੀਜ਼ਨ ਰਿਹਾ, ਹੁਣ ਇਹੀ ਅਸੀਂ ਜਿੱਥੇ ਟੈਂਟ ਲਾਇਆ ਇੱਥੇ ਬਹਿ ਕੇ ਸੀ ਫਿਰ, ਗਰਮੀਆਂ 'ਚ ਜਦੋਂ ਸਾਰੀ ਬਰਫ਼ ਪਿਘਲ ਗਈ, ਅਸੀਂ ਕੋਈ ਜੂਨ ਜੁਲਾਈ ਵਿੱਚ ਵੀ ਅਸੀਂ ਟਰੈਕ ਕਰਨ ਆਵਾਂਗੇ, ਇੱਥੇ ਟੈਂਟ ਲਾ ਕੇ ਵੀਡੀਓ ਬਣਾਵਾਂਗਾ। ਹੁਣ ਤੁਹਾਨੂੰ ਮੇਰੇ ਸਾਰੇ ਪਾਸੇ ਦੇਖੋ ਬਰਫ਼ ਹੀ ਬਰਫ਼ ਨਜ਼ਰ ਆ ਰਹੀ, ਸੋ ਮੇਰਾ ਬੈਠਾ ਸ਼ਗਿਰਦ ਲੱਤਾਂ ਮਲਦਾ ਪਿਆ, ਠੀਕ ਹੈ, ਬਰਫ਼ ਹੀ ਬਰਫ਼ ਨਜ਼ਰ ਆ ਰਹੀ ਨਾ। ਉਦੋਂ ਬਰਫ਼ ਨਹੀਂ ਹੋਗੀ, ਉਦੋਂ ਸ਼ਾਇਦ ਘਾਹ ਮਾੜਾ ਮਾੜਾ ਮਿਲ ਜੂ ਤੁਹਾਨੂੰ, ਪੱਥਰ ਮਿਲਣਗੇ, ਜ਼ਮੀਨ ਮਿਲੂਗੀ, ਠੀਕ ਹੈ। ਅਤੇ ਸਰਨੇ ਓਏ ਸਰਨੇ ਸਰਨੀ ਓ ਬਣਾ ਮੜਾ ਪੋਜ, ਜਾ ਹੱਥ ਹੁੱਥ ਮਾਰ, ਵੀਡੀਓ ਬਣਦੀ ਆ, ਗੜਾ ਲਾ ਲਾ। ਅੱਛਾ, ਇਹਦੇ 'ਚ ਜਨੂਨ ਬਹੁਤ ਬੰਦੇ 'ਚ, ਘੈਂਟ ਜਨੂਨ ਆ ਇਸ ਬੰਦੇ ਨਾ, ਮਤਲਬ ਰਾਹ 'ਚ ਨਾ ਹਾਰ ਨਹੀਂ ਮੰਨੀ ਮੈਂ ਇਹ ਗੱਲ ਹੁਣ, 96 ਕਿਲੋ 98 ਕਿਲੋ ਭਾਰ ਇਹਦਾ, ਪਰ ਸਹੀ ਹੈ ਸਹੀ ਆ, ਠੀਕ ਹੈ। ਅਤੇ ਇਹ ਬੰਦਾ ਘੈਂਟ ਰਿਹਾ ਅਤੇ ਚੱਲ ਆਇਆ, ਸੋ ਇਹ ਸੀ ਸਾਡੇ ਬਸ ਇੰਨਾ ਕੀ ਆ। ਅਤੇ ਅਸੀਂ ਬੁਲਟ 'ਤੇ ਆਏ ਸੀਗੇ, ਸਾਰਾ ਇਹਦੇ ਨਾਲ ਰੂਟ ਕੀਤਾ, ਕੋਈ ਗੱਡੀ ਗੁੱਡੀ ਨਹੀਂ ਕਰਾਈ, ਸਾਡੇ ਕੋਲ ਬੁਲਟ ਸੀਗਾ, ਅਤੇ ਉਹਦੇ 'ਤੇ ਆ ਗਏ ਸੀਗੇ, ਅਤੇ ਥੱਲੇ ਸਟੇਅ ਕਰ ਲਿਆ, ਥੱਲੇ 'ਚ ਉਤਰਾਂਗੇ ਮਕਲੋੜਗੰਜ ਜਾ ਕੇ, ਥੱਲੇ 6 ਕਿਲੋਮੀਟਰ ਪੈ ਜਾਣਾ, ਅਤੇ ਵਿੱਚ ਮੈਂ ਵੀਡੀਓ ਲੈਂਦਾ ਜਾਵਾਂਗਾ।
ਉੱਥੋਂ ਟੈਕਸੀ ਕਰਾ ਕੇ ਫਿਰ ਗੱਲੂ ਆਵਾਂਗੇ, ਉੱਥੋਂ ਬੁਲਟ ਚੱਕ ਕੇ ਥੱਲੇ ਜਾਵਾਂਗਾ। ਫਿਰ ਇਸ ਤੋਂ ਸਾਡਾ ਅਗਲਾ ਟਰੈਕ ਸ਼ਾਇਡ ਅਸੀਂ ਹੁਣ ਨਾ ਬੋੜੀ ਮਤਲਬ ਹੋ ਗਈ ਆ, ਹੋਰ ਹਿਸਾਬ ਵੀ ਕਿ ਨਹਾਤੇ ਵੀ ਨਹੀਂ ਨਾ, ਅਤੇ ਕੁੱਲੂ ਰੋਕਾਂਗੇ। ਫਿਰ ਮਨੀ ਕਰਨ ਦਾ ਕਿ ਗਰਮ ਪਾਣੀ ਵਿੱਚ ਜਾ ਕੇ ਸਰੋਵਰ ਬਣਿਆ ਜਿਹੜਾ ਉੱਥੇ ਨਾ ਗੁਰੂ ਘਰ 'ਚ, ਉੱਥੇ ਜਾ ਕੇ ਬੋੜੀ ਨੂੰ ਬਿਲਕੁਲ ਓਕੇ ਕਰਾਂਗੇ ਨਾ, ਅਤੇ ਸਟੀਮ ਦਾਂਗੇ ਗਰਮ ਪਾਣੀ ਦੀ। ਅਤੇ ਬਾਕੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਸੀਗਾ ਵੀ ਕਿਸੇ ਨੇ ਵੀ ਪਹਾੜੀ ਏਰੀਆ 'ਚ ਟਰੈਕ ਕਰਨਾ, ਦੇਖੋ ਇੱਕ ਤਾਂ ਮੇਰਾ ਇਨਕਮ ਦਾ ਸਾਧਨ ਹੋ ਜੂਗਾ ਨਾ, ਅਤੇ ਬਾਕੀ ਤੁਹਾਨੂੰ ਮੈਂ ਬਹੁਤ ਸਸਤੇ ਦੇ ਵਿੱਚ ਔਰ ਬੜਾ ਆਰਾਮਦਾਇਕ ਅਤੇ ਫੁੱਲ ਇੰਜੋਏ, ਅਤੇ ਔਰ ਇਹ ਨਹੀਂ ਮੈਂ ਤੁਹਾਨੂੰ ਗੱਡੀਆਂ 'ਤੇ, ਆਪਣੇ ਬੁਲਟ 'ਤੇ, ਤੁਸੀਂ ਪੰਜਾਬ ਵਿੱਚ ਕਿਸੇ ਵੀ ਕੋਨੇ 'ਤੇ ਹੋ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਮੇਰਾ ਨੰਬਰ ਲਿਖੋ 98773-60-288, ਦੂਜਾ ਨੰਬਰ ਹੈਗਾ 81-909-93-008। ਫੋਨ ਕਾਲ ਨਾ ਕਿਤੇ ਲੱਗੇ, ਕਿਉਂਕਿ ਮੈਂ ਜ਼ਿਆਦਾ ਹੁਣ ਇਸ ਏਰੀਆ ਰਹਿਣਾ, ਆਊਟ ਆਫ ਏਰੀਆ ਹੈ ਨਾ, ਰੇਂਜ 'ਚੋਂ ਵੀ ਬਾਹਰ, ਅਤੇ ਮੈਨੂੰ ਵਟਸਐਪ ਮੈਸੇਜ ਕਰ ਦਿਓ, ਮੈਂ ਜ਼ਰੂਰ ਸਿੰਗ ਕਰ ਲਵਾਂਗਾ। ਅਤੇ ਮੇਰੀ ਮੇਲ ਹੈਗੀ ਆ myradiowork@gmail.com। ਅਤੇ ਕਿਸੇ ਨੇ ਵੀ, ਚਾਹੇ ਮੇਲ ਆ, ਫੀਮੇਲ ਆ, ਬੰਦਾ ਬਜ਼ੁਰਗ ਆ, ਨੌਜਵਾਨ ਆ, ਬੱਚਾ, ਜੇ ਕਿ ਟਰੈਕ ਕਰਨਾ, ਖਾਸ ਕਰਕੇ ਦੇਖੋ ਪੰਜਾਬ ਨੂੰ ਲਾਗੇ ਸੌਖਾ ਸਸਤਾ ਅਤੇ ਛੋਟਾ ਜਿਹੜਾ ਟਰੈਕ ਆ ਉਹ ਤ੍ਰਿਉਂਡ ਪੈਂਦਾ, ਠੀਕ ਆ, ਤ੍ਰਿਉਂਡ ਸਾਰਾ 8 ਕਿਲੋਮੀਟਰ ਦਾ ਨਾ, ਅਤੇ ਇਹ ਤੁਹਾਨੂੰ ਮੈਂ ਟਰੈਕ ਕਰਵਾ ਸਕਦਾ ਹਾਂ ਬਿਲਕੁਲ ਜਾਇਜ਼ ਖਰਚੇ 'ਤੇ, ਠੀਕ ਹੈ, ਬਿਲਕੁਲ ਜਾਇਜ਼ ਖਰਚੇ 'ਤੇ। ਅਤੇ ਤੁਸੀਂ ਬਸ ਜਿਸ ਨੇ ਵੀ ਟਰੈਕ ਕਰਨਾ ਮੈਨੂੰ ਕੰਟੈਕਟ ਕਰ ਦਿਓ, ਠੀਕ ਹੈ। ਟਰੈਕ ਕਰਨ ਤੋਂ 10 ਦਿਨ ਪਹਿਲਾਂ, 5 ਦਿਨ ਪਹਿਲਾਂ ਮੈਨੂੰ ਕੰਟੈਕਟ ਕਰਨਾ, ਤਾਂ ਕਿ ਮੈਂ ਤੁਹਾਨੂੰ 5 ਦਿਨ ਪਹਿਲਾਂ ਹਲਕਾ ਜਿਹਾ ਫਿਜ਼ੀਕਲੀ ਤੌਰ 'ਤੇ ਤੁਹਾਨੂੰ ਮੈਂ ਤੁਸੀਂ ਕੀ ਪ੍ਰਿਪੇਅਰ ਕਰਨਾ ਆਪਣੇ ਆਪ ਨੂੰ, ਅਤੇ ਤੁਸੀਂ ਕਰ ਸਕੋ ਆਪਣੇ ਨੂੰ ਤਿਆਰ ਬਾਰ, ਠੀਕ ਹੈ, ਅਤੇ ਤੁਸੀਂ ਮੇਰਾ ਕੰਟੈਕਟ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਸੀਂ ਗਾਂਹ ਹੁਣ ਕੇਦਾਰਕੰਥਾ ਦਾ ਟਰੈਕ ਖੁੱਲ੍ਹ ਗਿਆ ਨਾ ਉੱਤਰਾਖੰਡ ਵਿੱਚ, ਉੱਤਰਾਖੰਡ ਦੇ ਟਰੈਕ ਕਰਨੇ ਕਿਸੇ ਨੇ ਤਾਂ ਵੀ ਦੱਸ ਸਕਦੇ ਹੋ, ਜੇਕਰ ਸਿੱਕਮ ਦੇ ਵੱਲ ਜਾਂ ਦਾਰਜਲਿੰਗ ਸਾਈਡ ਵਾਲੀ ਜੋ ਕਿ ਘੁੰਮਣਾ ਆ ਨਾ, ਅਤੇ ਜਾਂ ਉੱਧਰ ਤੁਸੀਂ ਟਰੈਕ ਕਰਨੇ ਆ ਤਾਂ ਵੀ ਦੱਸ ਦਿਓ, ਹੈ ਨਾ, ਅਤੇ ਆਪਾਂ ਸਾਰੇ ਕਰਵਾ ਲਵਾਂਗੇ, ਠੀਕ ਹੈ। ਜੇ ਕਿਸੇ ਨੇ ਆਉਣੇ ਸਮੇਂ ਵਿੰਟਰ ਖੁੱਲ੍ਹ ਜਾਣਾ ਆ, ਅਤੇ ਜੁਲਾਈ ਜੁਲਾਈ ਦੇ ਲਾਗੇ ਤਾਗੇ, ਹੈ ਨਾ, ਸਪਿਥੀ ਵੈਲੀ ਜੇ ਕਿਸੇ ਨੇ ਕਰਨੀ ਆ ਨਾ ਬੁਲਟ 'ਤੇ, ਦੇਖੋ ਜੀ ਮੈਂ ਤੁਹਾਨੂੰ ਗੱਡੀਆਂ 'ਚ ਨਹੀਂ, ਮੈਂ ਤੁਹਾਨੂੰ ਬੁਲਟ 'ਤੇ ਘੁੰਮਾਵਾਂਗਾ, ਠੀਕ ਹੈ। ਉਹ ਬੁਲਟ ਜੋ ਤੇਲ ਦਾ ਖਰਚਾ ਹੋਊਗਾ, ਜੋ ਵੀ ਹੋਊਗਾ, ਉਹ ਵਿਦ ਇਨਕਲੂਡ ਖਰਚੇ 'ਤੇ ਹੋਊਗਾ, ਠੀਕ ਹੈ। ਤੁਸੀਂ ਮੇਰੇ ਬੁਲਟ 'ਤੇ ਪਿੱਛੇ ਬੈਠੋਗੇ, ਇੰਜੋਏ ਕਰੋਗੇ, ਤੁਹਾਨੂੰ ਹਰ ਚੀਜ਼ ਮੈਂ ਤੁਹਾਨੂੰ ਇੰਜੋਏ ਕਰਾਵਾਂਗਾ, ਤੁਹਾਡੇ ਵਲੋਗਿੰਗ, ਤੁਹਾਡੇ ਫੋਟੋ ਸ਼ੂਟ ਸਾਰੇ ਕਰਾਂਗਾ। ਅਤੇ ਜੇ ਕੁਰਕੀ ਹੈਗਾ ਕੋਈ ਵੀ ਮੇਰਾ ਮਾਈ ਭਾਈ, ਹੈ ਨਾ, ਤਾਂ ਮੈਨੂੰ ਨਾ ਜ਼ਰੂਰ ਕੰਟੈਕਟ ਕਰਿਓ, ਟੋਟਲੀ ਸੇਫਲੀ ਰਾਈਡ, ਹੈ ਨਾ। ਜੇ ਕੋਈ ਕਹਿੰਦਾ ਵੀ ਸਿੱਧਾ ਅਸੀਂ ਸਟੇ ਇੱਥੇ ਕਰ ਲੈਂਦੇ ਪਹਾੜਾਂ ਵਿੱਚ, ਸਾਨੂੰ ਇੱਥੋਂ ਅੱਗੇ ਚੱਕ ਲਏ, ਇੱਥੋਂ ਅੱਗੇ ਚੱਕ ਲਵਾਂਗਾ, ਠੀਕ ਹੈ। ਇਹ ਮੇਰੇ ਨਾਲ ਕੰਟੈਕਟ ਜ਼ਰੂਰ ਕਰਿਓ, ਓਕੇ ਜੀ, ਬਾਕੀ ਗੱਲਾਂ ਬਾਤ ਅੱਗੇ ਕਰਦੇ ਹਾਂ। ਦੋਸਤੋ, ਇਹ ਸਾਡਾ ਤ੍ਰਿਉਂਡ ਟਰੈਕ ਦਾ ਸਫ਼ਰ, ਮਾਊਂਟਨ ਏਰੀਆ ਵਿੱਚ ਸਫ਼ਰ, ਟਰੈਕਿੰਗ ਦਾ ਸਾਡਾ, ਟਰੈਵਲ ਦਾ ਸਫ਼ਰ ਤੁਸੀਂ ਫੁੱਲ ਇੰਜੋਏ ਕੀਤਾ। ਆਈ ਹੋਪ ਤੁਹਾਨੂੰ ਹਰ ਇੱਕ ਨਵੀਂ ਚੀਜ਼ ਦਿਖਾਈ ਆ, ਅਤੇ ਹੁਣ ਬਸ ਲੈ ਦੇ ਕੇ ਕਲੋਨਾ ਬੱਜਿਆ, ਕਹਿੰਦੇ ਸੱਪ ਮਰ ਗਿਆ ਮਗਰ ਵਿਸ ਬਚ ਗਈ, ਹੁਣ ਅਸੀਂ ਫੋਟੋਆਂ ਸ਼ੋਟੋਆਂ ਕਰਨੀਆਂ, ਕੁਝ ਵਿਊ ਆ ਹਾ ਹਾ ਆਨੰਦ। ਮੈਂ ਕਿਹਾ ਜਿਹਨੂੰ ਕਾਲੀ ਰੰਗ ਦੀ ਸਹੇਲੀ ਮਿਲੀ ਨਾ, ਤਾਂ ਜਾਂ ਕਾਲੇ ਰੰਗ ਦੀ ਘਰਵਾਲੀ, ਉਹਨੂੰ ਸਨੋਚ ਲਿਆਓ, ਫੋਟੋਆਂ ਖਿੱਚੋ, ਗੁਰੀ ਹੋ ਜੂ। ਚਲੋ, ਆਪਾਂ ਨੇ ਵੀ ਪੂਰਾ ਆਨੰਦ ਲਿਆ, ਪੂਰਾ ਇੰਜੋਏ ਕੀਤਾ, ਨਾਲ ਦੇ ਮੁੰਡੇ ਨੇ ਇੰਜੋਏ ਕੀਤਾ, ਕਿਉਂਕਿ ਮੇਰੇ ਨਾਲ ਆਲਰੇਡੀ 14,000 ਦਾ ਪੈਕੇਜ ਕਰਕੇ ਆਇਆ ਸੀਗਾ ਮੁੰਡਾ, ਅਤੇ ਹੁਣ ਮੈਂ ਵਾਪਸ ਜਾ ਰਿਹਾ, ਉਹ ਅੱਗੇ ਨਿਕਲ ਗਿਆ ਸੀਗਾ, ਕਿਉਂਕਿ ਮੈਂ ਰਸਤੇ ਕੁਝ ਬਰਫ਼ ਦੇ ਨਾਲ ਲਿਖੇ ਟੱਬਰ ਦੇ, ਅਤੇ ਸੰਡ ਕਿਤੇ ਘਰ। ਅਤੇ ਕਿਸੇ ਨੇ ਵੀ ਟਰੈਕ ਕਰਨਾ ਲੋਕਲ, ਆਪਾਂ ਨੂੰ ਪੈਂਦਾ ਜੀ ਮਕਲੋੜਗੰਜ ਦਾ ਟਰੈਕ ਤ੍ਰਿਉਂਡ, ਠੀਕ ਹੈ ਜੀ। ਅਤੇ ਕਿਸੇ ਨੇ ਵੀ ਕਰਨਾ ਮੇਰੇ ਨਾਲ ਕੰਟੈਕਟ ਕਰ ਲਿਓ, ਫੁੱਲ ਪੈਕੇਜ ਨਾਲ ਆਉਣਾ ਆ, ਜਾਂ ਤੁਸੀਂ ਇੱਥੇ ਆ ਕੇ ਮਿਲਣਾ, ਜਾਂ ਮੈਂ ਤੁਹਾਨੂੰ ਘਰੋਂ ਬੁਲਟ 'ਤੇ ਚੱਕਾਂ, ਸਾਰੇ ਕੰਟੈਕਟ ਨੰਬਰ ਤੁਹਾਡੇ ਕੋਲ ਆਲਰੇਡੀ ਆ ਗਿਆ, ਮੇਰੇ ਇੱਥੋਂ ਆਈ ਡੀ ਚੱਕ ਲਓ। ਤੁਹਾਨੂੰ ਮੇਰਾ ਸਾਰਾ ਵਲੌਗ ਕਿੱਦਾਂ ਲੱਗਿਆ ਜ਼ਰੂਰ ਦੱਸਿਓ। ਹੁਣ ਅਸੀਂ ਅਗਰ ਨੈਕਸਟ ਵਲੌਗ ਹੈ ਜਾਂ ਜਾ ਕੇ ਬਣਾ ਕੇ ਪਾਵਾਂਗੇ ਚਿੜੀਆ ਘਰ ਦਾ, ਤੁਸੀਂ ਉਹ ਦੇਖਣਾ, ਤਾਂ ਤੁਸੀਂ ਮੇਰਾ ਅਗਲਾ ਵੀਡੀਓ ਤੁਸੀਂ ਕਰੋ, ਉਹਨੂੰ ਓਕੇ ਕਰੋ, ਤੁਹਾਨੂੰ ਚਿੜੀਆ ਘਰ ਸਾਰਾ